ਜਿਹੜਾ ਸਦੀਆਂ ਤੋਂ ਜਿਹੜਾ ਵਰਿਆਂ ਤੋਂ ਕੋਲ ਰਹਿ ਰਿਹਾ ਸੀ, ਦਹਾਕਿਆਂ ਤੋਂ ਕੋਲ ਰਿਹਾ ਸੀ, ਕੋਲ ਬੱਚਿਆਂ ਵਾਂਗੂ ਪਲਿਆ ਸੀ, ਉਸਨੇ ਵੀ ਆਪਣਾ ਸੁਭਾਅ ਆਪਣੀ ਆਦਤ ਨਾ ਛੱਡੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇੱਕ ਥਾਂ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਸੱਪ ਨੂੰ ਰੋਜ਼ ਦੁੱਧ ਪਿਲਾਉਂਦੇ ਚਲੇ ਜਾਓ, ਮਤ ਸਮਝਿਓ ਉਹਦੇ ਅੰਦਰ ਅੰਮ੍ਰਿਤ ਪੈਦਾ ਹੋ ਜਾਏਗਾ। ਨਿੰਮ ਨੂੰ ਤੁਸੀਂ ਰੋਜ਼ ਹਰ ਰੋਜ਼ ਘੋਲ ਕੇ ਸ਼ਹਿਦ ਦਾ, ਖੰਡ ਦਾ, ਪਤਾਸਿਆਂ ਦਾ ਸ਼ਰਬਤ ਬਣਾ ਬਣਾ ਨਿੰਮ ਦੀਆਂ ਜੜ੍ਹਾਂ ਵਿੱਚ, ਨਿੰਮ ਦੇ ਦਰਖਤ ਦੀਆਂ ਜੜ੍ਹਾਂ ਵਿੱਚ ਪਾਓ, ਮਤ ਸਮਝਿਓ ਉਹਦੀ ਕੜੱਤਣ ਖਤਮ ਹੋ ਜਾਏਗੀ, ਨਹੀਂ ਹੋਣੀ। ਤੁੰਮੇ ਦੀ ਵੇਲ ਦੇ ਕੋਲ ਦਿਨ ਰਾਤ ਮਿਠਾਸ ਖੰਡ ਦੇ ਢੇਰ ਲਗਾ ਦਿਓ, ਰੇਹ ਦੀ ਥਾਵੇਂ ਵੀ ਉਹਦੇ ਜੜ੍ਹਾਂ ਕੋਲ ਖੰਡ ਪਾਓ, ਤੇ ਮਤ ਸਮਝਿਓ ਤੁੰਮੇ ਦਾ ਜ਼ਾਇਕਾ ਬਦਲ ਕੇ ਮਿੱਠਾ ਹੋ ਜਾਏਗਾ। ਭਾਈ ਸਾਹਿਬ ਨੇ ਵੀ ਆਖਿਆ ਤੁੰਮੇ ਅੰਮ੍ਰਿਤ ਸਿੰਚੀਏ ਕੌੜਤ ਨਾ ਜਾਵੇ। ਇਸ ਲਈ ਜੀਵਨ ਦਾ ਕੋਈ ਪਲ ਕਿਸੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਉਹਦੀ ਪਛਾਣ ਬਹੁਤ ਜ਼ਰੂਰੀ ਹੈ। ਕਿਤੇ ਤੁੰਮਾ ਤੇ ਨਹੀਂ? ਗੁਰੂ ਨੇ ਬਾਣੀ ਵਿੱਚ ਆਖਿਆ ਤੁੰਮੀ ਤੁੰਮਾ ਵਿਸ ਅੱਕ ਧਤੂਰਾ ਨਿੰਮ ਫਲ ਮਨਮੁਖ ਵਸੈ ਤਿਸ। ਹੁਣ ਸਾਡੇ ਜੀਵਨ ਦੀ ਸਭ ਤੋਂ ਵੱਡੀ ਗੁਸਤਾਖੀ ਕੀ ਹੋ ਗਈ ਕਿ ਅਸੀਂ ਪਛਾਣ ਨਾ ਕਰ ਸਕੇ। ਆ ਹੁਣੇ ਇੱਕ ਲਫ਼ਜ਼ ਆਏ ਨੇ ਜਿਹੜੇ ਮਨ ਨੂੰ ਸੰਬੋਧਨ ਕਰਕੇ ਗੁਰੂ ਨੇ ਆਖਿਆ ਮਤ ਦਿੰਦੇ ਹਾਂ, ਕਿਉਂਕਿ ਗੁਰੂ ਮੱਤੀ ਦੇ ਰਿਹਾ, ਦਿਨ ਰਾਤ ਮੱਤੀ ਦੇ ਰਿਹਾ। ਅਸੀਂ ਗੁਰੂ ਦਰਬਾਰ ਵਿੱਚ ਆਉਂਦੇ ਕੇਵਲ ਕੁਛ ਮੱਤਾਂ, ਜਿਸ ਮਨੁੱਖ ਨੇ ਇੱਥੇ ਆ ਕੇ ਕੇਵਲ ਸਮਾਂ ਹੀ ਪਾਸ ਕਰਨਾ, ਨੇ ਮੱਤ ਕੋਈ ਨਹੀਂ ਲੈਣੀ, ਮੈਂ ਸਮਝਦਾ ਉਹਦਾ ਆਉਣਾ ਨਿਸਫਲ ਚ ਰਹਿ ਜਾਂਦਾ। ਮਤ ਸਮਝਿਓ ਕਿ ਇੱਥੇ ਸਿਰ ਝੁਕਾ ਕੇ ਮੱਥਾ ਟੇਕ ਕੇ ਕੁਝ ਸੁਣ ਸੁਣਾ ਕੇ ਕੰਨ ਰਸ ਵਾਂਗੂ ਸਮਾਂ ਬਿਤਾ ਕੇ ਲੰਗਰ ਛੱਕ ਕੇ ਵਾਪਸ ਤੁਰ ਜਾਣਾ, ਜਾਂ ਆਪਣੀ ਕਿਰਤ ਵਿੱਚੋਂ ਬਹੁਤ ਸਾਰੀ ਭੇਟਾ ਰੱਖ ਦੇਣ ਨਾਲ ਹੀ ਬਹੁਤ ਕੁਛ ਮਿਲ ਜਾਂਦਾ ਹੈ। ਗੁਰੂ ਨੇ ਬਾਣੀ ਵਿੱਚ ਫੈਸਲਾ ਦਿੱਤਾ ਹੈ, ਕਹਿੰਦੇ ਨੇ ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਉਂਦੇ ਵੀ ਨੇ, ਸੁਣਦੇ ਵੀ ਨੇ, ਪੂਜਾ ਵੀ ਕਰਦੇ ਨੇ, ਭੇਟਾ ਵੀ ਕਰਦੇ ਨੇ। ਪਰ ਗੁਰੂ ਕਹਿੰਦੇ ਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨੀ। ਗੱਲ ਤੇ ਮਤ ਲੈਣ ਦੀ, ਤੇ ਗੁਰੂ ਮੱਤੀ ਦੇ ਰਹੇ ਨੇ, ਤੇ ਸਤਿਗੁਰੂ ਕਹਿੰਦੇ ਨੇ ਮੱਤਾਂ ਦੇਣ ਲੱਗਿਆਂ ਦੋ ਗੱਲਾਂ ਸਾਹਮਣੇ ਮੈਂ ਰੱਖੀਆਂ ਨੇ, ਸ਼ਬਦ ਦੋ ਵਰਤੇ ਨੇ। ਇੱਕ ਇਹ ਮਨ ਮੇਰੇ ਆ ਤੂੰ ਸਮਝ, ਤੇ ਸੰਬੋਧਨ ਦੋ ਲਫ਼ਜ਼ਾਂ ਨਾਲ ਕੀਤਾ ਨੇ, ਅਚੇਤ ਇਹ ਆਣੇ ਆਰਾਮ, ਦੋ ਲਫ਼ਜ਼। ਹੁਣ ਅਚੇਤ ਤੇ ਇਹ ਆਣਾ ਦੋ ਲਫ਼ਜ਼ ਵਰਤੇ ਨੇ, ਮੈਂ ਚਾਹੁੰਦਾ ਕੇਵਲ ਅਸੀਂ ਇਹਨਾਂ ਦੋ ਲਫ਼ਜ਼ਾਂ ਦੀ ਵਿਆਖਿਆ ਅੱਜ ਸਮਝ ਲਈਏ। ਗੁਰੂ ਨੇ ਆਖਰ ਸ਼ਬਦ ਚੋਣ ਬੜੀ ਮਹਾਨ ਕੀਤੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸ਼ਬਦ ਚੋਣ ਹੀ ਸਮਝਣ ਵਾਲੀ ਹੈ, ਦੋ ਲਫ਼ਜ਼ ਵਰਤੇ ਨੇ, ਅਚੇਤ ਇਹ ਆਣੇ ਆਰਾਮ। ਇੱਕ ਇਆਣੇ ਦੀ ਅਵਸਥਾ ਹੈ, ਇੱਕ ਅਚੇਤ ਅਵਸਥਾ ਹੈ। ਇਆਣਾ ਕਿਸ ਨੂੰ ਕਹਿੰਦੇ ਨੇ? ਜਿਹੜਾ ਸਭ ਕੁਝ ਦੇਖਦਾ ਹੈ, ਸਭ ਕੁਝ ਕਰਦਾ ਹੈ, ਪਰ ਬੇਸਮਝੀ ਨਾਲ ਕਰਦਾ ਹੈ। ਇਆਣਾਪਣ ਮੈਂ ਇੱਕ ਵਾਰ ਕੀਤੀ ਸੀ ਆਪਣੀ ਪੁਸਤਕ ਵਿੱਚ, ਇੱਕ ਆਰਟੀਕਲ ਲਿਖਿਆ, ਮੇਰੇ ਖਿਆਲ ਇਸ ਵਾਰ ਉਹ ਆਇਆ ਵੀ ਹੈ। ਇਆਣਾਪਣ ਦੁਨੀਆਂ ਦੇ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ, ਇਆਣੇ ਨੂੰ ਕੁਛ ਵੀ ਕਰਨ ਦਾ ਹੱਕ ਨਹੀਂ ਦਿੰਦੇ। ਕਿਉਂ? ਕਿਉਂਕਿ ਇਹਨੂੰ ਸਮਝ ਕੋਈ ਨਹੀਂ, ਪਛਾਣ ਕੋਈ ਨਹੀਂ। ਪਰ ਇਆਣੇ ਦੀ ਜ਼ਿੰਦਗੀ ਅੰਦਰ ਇੱਕ ਆਸ ਹੈ, ਉਹ ਇਹ ਕਿ ਉਹ ਆਪਣੇ ਆਪ ਕੁਛ ਨਹੀਂ ਕਰ ਸਕਦਾ, ਪਰ ਜੇ ਉਹ ਪਿਤਾ ਦੀ ਉਂਗਲੀ ਜਾਂ ਮਾਂ ਦੀ ਅਗਵਾਈ ਵਿੱਚ ਜੀਵਨ ਜੀਉਣਾ ਚਾਹੇ ਤਾਂ ਬੜਾ ਖੁਸ਼ਹਾਲ ਜੀਵਨ ਜੀਉ ਸਕਦਾ।
बच्चा अपने आप राह नहीं पछाणगा, साइन बोर्ड नहीं पढ़ सकता, अपने घर तक नहीं पहुंच सकता। पर जे वो वड्डे मेले विच भी बड़े बहुत वड्डी गैदरिंग विच भी पिता की उंगल फट के चला जाए ते उंगल कदी ना छड़े ता वो आसानी नाल ते सुख नाल खुशी नाल पूरा मेला देख सकते। एक साधन ते है याने कोल, एक साधन वो है पिता की उंगली। बच्चा अपनी हथी कुछ खा नहीं सकता, अपने कपड़ा पहन नहीं सकता, लेकिन एक गल है उनके को साधन है कि वो अपने जीवन का म्यार मां दे समर्पित कर दे, उसनू खवांदी भी है पहनांदी भी है। प्रॉब्लम हल हो गई, याने में प्रॉब्लम है पर सॉल्व आसानी नाल हो जाती है। पर दूजे पासे एक लफज है अचेत, अचेत जेड़ा है वो ते बड़ी वड्डी बदकिस्मती। अचेत उसनू कहंदे ने जिस दे कोल चेतना ना होवे, जिस दी चेतना शक्ति खत्म हो जाए, जिन्हों आपां दूजे लफजां विच आखीए सेंसलैस, कोई बेहोशी, होश कोई नहीं, कोई मनुख बेहोश हो जाए ते उन्हें तो ये भी नहीं पता मेरे को कौन बैठा है। किसे मनुख नू बेहोश नू तुसी कोल बैठे वेद शास्त्र पढ़ी जाओ, उन्हें सियाणपा ते मत्ता दे ही जाओ, अजे बच्चे नू जिहड़ा याणा है उन्हें ते पढ़ा के सियाणा किया जा सकता है। लफज दो वर्ते ने याणिया ते अचेत, याना बच्चा जड़ा है उन्हें सियाना किया जा सकता है। और श्री गुरु ग्रंथ साहब की बाणी अंदर भी ये लफज आए ने, सतगुरु कहते हैं हम बारिक, हम बारिक हर प्रभ के असी उस मालिक दे याने बच्चे हैं। बल्कि इतों तक दूजी थां ते लफ़ज़ आखे ने बाणी अंदर हम बारिक हर प्रभ के है याने, धन धन गुरु, धन धन गुरु गुर सतगुर पाधा, जिन हर उपदेश दे याने नु सियाना कर लोगे। अज ने स्कूल कॉलेज ने याने नु सियाना बना ली, याने नु तो सियाना कर लोगे। जिहड़ा बेहोश है, अचेत हो गया, जिंदी चेतना शक्ति खो गई, जिंदे कोल सुरत ही ना रही, उन्दे कोल जिन्नियां मर्जी किताबां पढ़ लो, उन्हों तक स्कूल कॉलेज तक पहुंचाना भी औखा है, क्योंकि वह किसी की उंगल फड़ के भी नहीं जा सकता, बेहोश पे है। गुरु कहते हैं मैं दो लफज इसलिए वरत रहा एक गिले नाल कि भलिया जे तू केवल याना ही हुंदो ते मैं यह स्कूल ये कॉलेज इसलिए बनाया है पाठशाला साध संगत पाठशाला है, इसलिए बनाई है इतने किसी याने सियाना कर लिया जाए, इतने आके कोई गुरमत की डिग्री ले ले। पर गुरु कहते ने मैनू दुख यह है कि तू मेरा याना नहीं रहा, अचेत हो गया, हुण तेरे कोल सब कुछ हो ही जाता है, तेनू अपने आप की भी पछाण नहीं रही, तेनू अपने उस्ताद की पछाण भी नहीं रही। कम से कम किसी विद्यार्थी स्टूडेंट नू इन्ना पता होंदा मैं विद्यार्थी हाँ ये टीचर है। मैं क्लास की थी सी, पता है उन्हें मैं विद्यार्थी हाँ ये टीचर है।
ਇਹਨੇ ਚੇਅਰ ਤੇ ਬੈਠਣਾ, ਮੈਂ ਥੱਪੜ ਤੇ ਬੈਠਣਾ, ਮੈਂ ਡੈਸਕ ਤੇ ਬੈਠਣਾ, ਇਹਨੇ ਜੋ ਹੁਕਮ ਕਰਨਾ ਮੈਂ ਉਹ ਕਰਮ ਕਮਾਉਣਾ ਹੈ। ਵਿਦਿਆਰਥੀ ਨੂੰ ਆਪਣੇ ਮਿਆਰ ਦਾ ਤੇ ਟੀਚਰ ਦੀ ਵਡਿਆਈ ਦਾ ਪਤਾ ਹੈ। ਇਆਨਕ ਵਿੱਚ ਕੋਈ ਮਾੜੀ ਗੱਲ ਨਹੀਂ, ਬਲਕਿ ਜਿੰਨੀ ਦੇਰ ਇਆਨਾ ਬਣਿਆ ਰਹੇ ਨਾ ਉਨੀ ਦੇਰ ਕਈ ਸਹੂਲਤਾਂ ਵੀ ਹੁੰਦੀਆਂ ਨੇ। ਮਾਂ ਬਾਪ ਦਾ ਵੀ ਟੀਚਰ ਦਾ ਵੀ ਪਿਆਰ ਮਿਲਦਾ, ਕਈ ਗਲਤੀਆਂ ਵੀ ਕਰਦਾ ਬਖਸ਼ ਦਿੱਤੀਆਂ ਜਾਂਦੀਆਂ ਨੇ ਬੱਚੇ। ਇਸ ਲਈ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਪਾਇਓ ਬਾਲ ਬੁੱਧ ਸੁਖ ਰੇ, ਹਰਕ ਸੋਗ ਹਾਨ ਮਿਰਤ ਦੁੱਖ ਸੁਖ ਚਿੱਤ ਸਮਸਰ ਗੁਰ ਮਿਲੇ। ਕਹਿਣ ਲੱਗੇ ਇਆਣੇ ਨੂੰ ਸਮਝਾਇਆ ਜਾ ਸਕਦਾ, ਉਹਨੂੰ ਸਿਆਣਾ ਬਣਾਇਆ ਜਾ ਸਕਦਾ, ਪਰ ਜਿਹੜਾ ਅਚੇਤ ਹੋ ਜਾਏ, ਤੇ ਅਚੇਤ ਦੀ ਨਿਸ਼ਾਨੀ ਸੈਂਸ ਖੋ ਦੇਣੀ, ਬੇਹੋਸ਼ ਹੋ ਜਾਣਾ, ਤੇ ਬੇਹੋਸ਼ ਮਨੁੱਖ ਜਿਹੜਾ ਘਰ ਵਿੱਚ ਪਿਆ, ਕੋਈ ਸੁੱਤਾ ਹੋਇਆ ਹੈ, ਕੋਈ ਇਆਣਾ ਬੱਚਾ ਹੈ, ਉਹਨੂੰ ਕਮ ਸੇ ਕਮ ਕਿਸੇ ਚੋਰ ਨੂੰ ਘਰ ਆਇਆ ਦੀ ਬਾਂਹ ਨਹੀਂ ਫੜ ਸਕੇਗਾ, ਉਹਦੇ ਕੋਲੋਂ ਘਰ ਦੀ ਦੌਲਤ ਬਚਾ ਨਹੀਂ ਸਕੇਗਾ, ਕਮ ਸੇ ਕਮ ਪਛਾਣ ਤਾਂ ਸਕਦਾ ਨਾ ਵੀ ਚੋਰ ਕੌਣ ਸੀ। ਤੁਸੀਂ ਆਮ ਰੋਜ਼ਾਨਾ ਜ਼ਿੰਦਗੀ 'ਚ ਦੇਖ ਲਓ, ਘਰ ਕੋਈ ਬੱਚਾ ਹੋਵੇ, ਘਰੋਂ ਚੋਰੀ ਹੋ ਜਾਏ, ਉਹਦਾ ਹੱਥ ਨਹੀਂ ਰੋਕ ਸਕਦਾ, ਪਰ ਜਦੋਂ ਪੁਲਿਸ ਆਉਂਦੀ ਉਹ ਕਹਿੰਦੀ ਘਰ ਵਿੱਚ ਕੋਈ ਸੀ, ਆਹ ਬੱਚਾ ਸੀ ਜੀ, ਉਹਦੇ ਕੋਲ ਪੁੱਛਦੇ ਨੇ ਭਲਾ ਜੀ ਉਹ ਚੋਰ ਤੇਰੇ ਸਾਹਮਣੇ ਲੈ ਆਈਏ ਪਛਾਣ ਲਏਗਾ, ਕਿਉਂਕਿ ਇੰਨਾ ਕੰਮ ਤਾਂ ਕਰ ਹੀ ਸਕਦਾ, ਉਹਨੂੰ ਆਪਣੇ ਬਗਾਨੇ ਦੀ ਪਛਾਣ ਤਾਂ ਹੈ। ਕੌਣ ਨਵਾਂ ਆਇਆ ਬੰਦਾ ਇੱਥੇ ਪ੍ਰਵੇਸ਼ ਹੋਇਆ, ਕਿਸ ਨੇ ਮੇਰੇ ਘਰ ਦੀ ਦੌਲਤ ਚੋਰੀ ਕੀਤੀ, ਉਹਦੇ ਕੋਲ ਪਛਾਣ ਤਾਂ ਹੈ ਨਾ। ਪਰ ਇੱਕ ਖਿਆਲ ਕਰਿਓ, ਜਿਹੜਾ ਆਦਮੀ ਬੇਹੋਸ਼ ਹੈ ਉਹ ਤੇ ਬੱਚੇ ਨਾਲੋਂ ਵੀ ਮਾੜਾ ਹੈ, ਜਿਹੜਾ ਬੇਹੋਸ਼ ਹੈ ਪਿਆ ਹੋਵੇ ਘਰ ਵਿੱਚ ਪਰ ਚੇਤਨਾ ਨਾ ਹੋਵੇ, ਹੋਸ਼ ਖੋ ਬੈਠਾ ਹੋਵੇ, ਸੈਂਸ ਨਾ ਹੋਵੇ, ਤੇ ਘਰ ਵਿੱਚ ਚੋਰ ਚੋਰੀ ਕਰਕੇ ਲੈ ਜਾਏ, ਉਹਦੇ ਤੇ ਵੀ ਆ ਕੇ ਸਵਾਲ ਪੈਦਾ ਕਰ ਸਕਦੇ ਹੋ, ਕਹਿ ਸਕਦੇ ਹੋ ਉਹਨੂੰ ਕਿ ਭਲਿਆ ਜੇ ਚੋਰ ਤੇਰੇ ਸਾਹਮਣੇ ਲੈ ਆਈਏ ਤੇ ਪਛਾਣ ਲਏਗਾ, ਕੋਈ ਫਾਇਦਾ ਨਹੀਂ ਪੁੱਛਣ ਦਾ, ਉਹ ਤਾਂ ਬੇਹੋਸ਼ ਹੈ। ਬੇਹੋਸ਼ੀ ਦੀ ਨਿਸ਼ਾਨੀ ਇਹ ਹੈ ਕਿ ਉਹਨੂੰ ਚੋਰ ਦੀ ਆਪਣੇ ਬੇਗਾਨੇ ਦੀ ਕਿਸੇ ਚੀਜ਼ ਦੀ ਪਛਾਣ ਹੀ ਨਹੀਂ ਰਹਿੰਦੀ, ਸਭ ਕੁਝ ਉਹਦੇ ਸਾਹਮਣੇ ਲੁੱਟਿਆ ਜਾਂਦਾ, ਸਭ ਕੁਝ ਉਸਦੇ ਸਾਹਮਣੇ ਬਰਬਾਦ ਹੋ ਜਾਂਦਾ, ਉਹਨੂੰ ਕੋਈ ਪਛਾਣ ਨਹੀਂ। ਗੁਰੂ ਕਹਿੰਦੇ ਨੇ ਬਸ ਮੈਂ ਦੋ ਅਵਸਥਾ ਤੇਰੇ ਵਿੱਚ ਦੇਖ ਰਿਹਾ। ਇਆਣੇ ਦੀ ਅਵਸਥਾ ਇਹ ਹੈ ਕਿ ਉਹਨੂੰ ਇੰਨੀ ਕੁ ਪਛਾਣ ਕੋਈ ਨਹੀਂ, ਉਹਦੀ ਬੜੀ ਛੋਟੀ ਜਿਹੀ ਸੀਮਾ ਹੈ, ਉਹ ਹੈ ਖਿਡੌਣੇ ਮਿਠਾਈ। ਆ ਜਿੰਨੇ ਬੱਚਿਆਂ ਨੂੰ ਕਿਡਨੈਪ ਕਰਦੇ ਨੇ ਨਾ ਲੋਕ, ਉਹ ਪਤਾ ਜੀ ਕਿਵੇਂ ਕਰਦੇ, ਕੋਈ ਖਿਡੌਣਾ ਲੈ ਕੇ ਦੇ ਦੇਣਾ, ਰਾਜਾਂ ਦੇ ਉਹਨੂੰ ਕੋਈ ਟਰੋਫੀ ਦੇ ਦੇਣੀ, ਬੱਚਿਆਂ ਦੀ ਲੋੜ ਦੀ ਸੀਮਾ ਬੜੀ ਛੋਟੀ ਹੁੰਦੀ। ਉਹ ਦੋ ਚਾਰ ਦਿਨ ਟਰੋਫੀ ਲੈ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਨੀਆਂ, ਤੁਰਨਾ ਸ਼ੁਰੂ ਕਰ ਦਿੰਦੇ ਨੇ, ਜਿਸ ਦਿਨ ਉਹਦੇ ਦਿਮਾਗ ਵਿੱਚ ਆਪਣਾਪਣ ਆ ਜਾਂਦਾ ਉਹਨੂੰ ਲੈ ਜਾਂਦੇ। ਦੋ ਚਾਰ ਦਿਨ ਖਿਡੌਣਾ ਦਿੰਦਾ, ਉਹ ਸਮਝਦਾ ਮੇਰਾ ਕਿਉਂਕਿ ਮੈਨੂੰ ਇਹਨੇ ਖਿਡੌਣਾ ਦੇ ਦਿੱਤਾ, ਉਹ ਆਪਣਾ ਜੀਵਨ ਉਹਦੇ ਹਵਾਲੇ ਕਰ ਪੈਂਦਾ ਜਿੱਥੇ ਮਰਜ਼ੀ। ਕਿਡਨੈਪਿੰਗ ਜਿੰਨੀ ਬੱਚਿਆਂ ਦੀ ਹੁੰਦੀ ਇਉਂ ਹੀ ਹੁੰਦੀ ਹੈ, ਹਾਲਾਂਕਿ ਚੇਤਨਾ ਹੈ ਉਹਦੇ ਕੋਲ, ਉਹ ਅਚੇਤ ਨਹੀਂ, ਬੇਹੋਸ਼ ਨਹੀਂ, ਹੋਸ਼ ਵਿੱਚ ਹੈ। ਪਰ ਇਹ ਅਣਪ ਦੀ ਇਹ ਬਦਕਿਸਮਤੀ ਹੈ ਕਿ ਉਹਦੀ ਸੀਮਾ ਛੋਟੀ ਹੈ। ਗੁਰੂ ਕਹਿੰਦੇ ਨੇ ਮੈਂ ਇੱਕ ਪੱਖ ਤੇਰਾ ਇਹ ਵੇਖ ਰਿਹਾ, ਤੇਰੀ ਵੀ ਸੀਮਾ ਬੜੀ ਛੋਟੀ ਹੈ, ਬੜੀ ਛੇਤੀ ਵੇਖ ਜਾਣਾ, ਕੋਈ ਤੇਰੀ ਝੋਲੀ ਮਿਨਿਸਟਰੀ ਪਾ ਦੇ, ਕੋਈ ਪਰਮਿਟ ਪਾ ਦੇ, ਤੂੰ ਕਹਿਣਾ ਮੇਰਾ ਸਭ ਕੁਝ ਤੇਰੇ ਹਵਾਲੇ, ਅਣਪ ਉਹ ਪਛਾਣ ਨਹੀਂ ਸਕਦਾ ਕਿ ਛੋਟੇ ਛੋਟੇ ਲਾਲਚ ਮੈਨੂੰ ਕਿਉਂ ਦਿੱਤੇ ਜਾ ਰਹੇ ਨੇ। ਅੱਜ ਦੀ ਦੁਨੀਆ ਵਿੱਚ ਜੇ ਸਿੱਖ ਦਾ ਸੰਸਾਰ ਵੇਖਣਾ ਹੋਵੇ, ਮੈਂ ਗੁਸਤਾਖੀ ਨਾ ਕਰਾਂ, ਖਿਮਾ ਕਰਨਾ, ਮੈਂ ਇਹ ਦੋਨੋਂ ਚੀਜ਼ਾਂ ਦੇਖ ਰਿਹਾ, ਇਹ ਅਣਪ ਵੀ ਹੈ। ਬੜਾ ਛੋਟਾ ਜਿਹਾ ਸਾਡਾ ਦਾਇਰਾ ਹੋ ਗਿਆ, ਹੁਣ ਤਾਂ ਇੱਥੋਂ ਤੱਕ ਹਾਲਾਤ ਬਦਕਿਸਮਤ ਹੋ ਗਏ ਨੇ ਕਿ ਕੇਵਲ ਸ਼ਰਾਬ ਦੀ ਬੋਤਲ 'ਤੇ ਵਿਸ ਕੇ ਸਭ ਕੁਛ ਦੇ ਦਿੰਦਾ ਹੈ।
ਜੇ ਵਿਸ਼ਵਾਸ ਨਾ ਆਵੇ ਇਹ ਖਿਆਲ ਕਰਿਓ ਇਹ ਡੈਮੋਕ੍ਰੇਸੀ ਦਾ ਯੁੱਗ ਹੈ ਇੱਥੇ ਵੋਟਾਂ ਦਾ ਰਾਜ ਹੈ ਜਿਹੋ ਜਿਹਾ ਯੁੱਗ ਚੱਲ ਰਿਹਾ ਹੋਵੇ ਨਾ ਜਿਸ ਕਾਨੂੰਨ ਵਿੱਚੋਂ ਲੰਘ ਰਹੇ ਹੋਵੋ ਉਸੇ ਦੇ ਮੁਤਾਬਕ ਉਹਦੀ ਵੈਲਿਊ ਨੂੰ ਸਮਝਣਾ ਚਾਹੀਦਾ ਇੱਕ ਹੋਰ ਬਦਕਿਸਮਤ ਇਹ ਕਿ ਅਸੀਂ ਆਪਣੇ ਧਰਮ ਦੀ ਚੋਣ ਵੀ ਵੋਟਾਂ 'ਤੇ ਡੈਮੋਕ੍ਰੇਸੀ ਵਿੱਚ ਦਾ ਨਾਮ ਲੈ ਕੇ ਵੋਟਾਂ 'ਤੇ ਰੱਖ ਲਈ ਅਤੇ ਵੋਟਾਂ ਦੇ ਸੰਬੰਧ ਵਿੱਚ ਤਾਂ ਲੋਕ ਸਿਆਣੇ ਆਖਦੇ ਨੇ ਕਿ ਇੱਥੇ ਬੰਦਿਆਂ ਨੂੰ ਗਿਣਿਆ ਜਾਂਦਾ ਤੋਲਿਆ ਨਹੀਂ ਜਾਂਦਾ ਸ਼ੇਖ ਸਾਧੀ ਨੇ ਵੀ ਆਖਿਆ ਡੈਮੋਕ੍ਰੇਸੀ ਉਸਨੂੰ ਕਹਿੰਦੇ ਨੇ ਕਹਿੰਦੇ ਨੇ ਜਿੱਥੇ ਬੰਦਿਆਂ ਨੂੰ ਗਿਣਿਆ ਜਾਂਦਾ ਤੋਲਿਆ ਨਹੀਂ ਜਾਂਦਾ ਜ਼ਿਆਦਾ ਨਹੀਂ ਅਤੇ ਡੈਮੋਕ੍ਰੇਸੀ ਦੇ ਯੁੱਗ ਅੰਦਰ ਹਮੇਸ਼ਾ ਕੰਡਿਆਂ ਦਾ ਰਾਜ ਹੋ ਸਕਦਾ ਫੁੱਲਾਂ ਦਾ ਨਹੀਂ ਹੋ ਸਕਦਾ ਕਿਉਂਕਿ ਕੰਡੇ ਗਿਣਤੀ ਵਿੱਚ ਜ਼ਿਆਦਾ ਹੁੰਦੇ ਨੇ ਫੁੱਲਾਂ ਨਾਲ ਪਰ ਚਲੋ ਕਮ ਸੇ ਕਮ ਆਪਣੀ ਵੈਲਿਊ ਤਾਂ ਅਸੀਂ ਸਮਝੀਏ ਨਾ ਜੋ ਸਾਡੇ ਨਾਲ ਵਾਪਰ ਰਿਹਾ ਮੈਂ ਇਸ ਲਈ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿਤੇ ਐਸਾ ਨਾ ਹੋਵੇ ਅਸੀਂ ਜੀਵਨ ਵਿੱਚ ਅਚੇਤ ਲੰਘ ਜਾਈਏ ਬੇਹੋਸ਼ੀ ਦਾ ਜੀਵਨ ਬਿਤਾ ਰਹੀ ਹੋਈਏ ਜਾਂ ਇਹ ਅਣਪ ਦਾ ਜਾਂ ਬੇਹੋਸ਼ੀ ਦਾ ਗੁਰੂ ਨੇ ਦੋ ਹੀ ਨਾਂ ਲਏ ਨੇ ਕਹਿਣ ਲੱਗੇ ਮੈਨੂੰ ਤੇਰੇ 'ਤੇ ਗਿਲਾਈ ਇਹ ਹੈ ਕਿ ਜਾਂ ਤੂੰ ਅਚੇਤ ਹੈ ਜਾਂ ਇਹ ਅਣ ਹੈ ਕਿੱਡਾ ਇਹ ਅਣ ਹੈ ਤੈਨੂੰ ਕੋਈ ਵਰਗਲਾ ਕੇ ਲੈ ਜਾ ਤੈਨੂੰ ਪਤਾ ਹੀ ਨਾ ਲੱਗੇ ਸਾਡੇ ਸਾਹਮਣੇ ਇਸ ਵੇਲੇ ਦੋ ਮਸਲੇ ਵੱਡੇ ਖੜੇ ਨੇ ਇੱਕ ਸਾਡੇ ਪੈਰੋਂ ਸ਼ੁਰੂ ਹੋਇਆ ਦੂਜਾ ਸਾਡੇ ਭੋਲੇਪਣ ਤੋਂ ਸ਼ੁਰੂ ਹੋਇਆ ਇੱਕ ਪਾਸੇ ਸਾਨੂੰ ਆਖਿਆ ਜਾ ਰਿਹਾ ਸਿੱਖ ਹਿੰਦੂ ਹੀ ਹੈ ਤੇ ਬਹੁਤ ਸਾਰੇ ਸਾਡੇ ਵੀਰ ਭੋਲੇ ਵੀਰ ਸਿੱਖ ਵੀ ਆਖਣ ਲੱਗ ਪੈਂਦੇ ਫਰਕ ਕੀ ਹੈ ਅਸੀਂ ਹਿੰਦੂ ਵਿੱਚੋਂ ਹੀ ਤਾਂ ਪੈਦਾ ਹੋਏ ਅਰਜ਼ ਕਰਾਂ ਉਹਨਾਂ ਹਿੰਦੂ ਵੀਰਾਂ ਨੂੰ ਵੀ ਬਦਰੀ ਢੰਗ ਨਾਲ ਮੈਂ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੁੰਦਾ ਕਿ ਭਲਾ ਅਸੀਂ ਹਿੰਦੂ ਕਿਉਂ ਆ ਜਵਾਬ ਦੇਣਗੇ ਜੀ ਗੁਰੂ ਨਾਨਕ ਹਿੰਦੂ ਦੇ ਘਰ ਪੈਦਾ ਹੋਇਆ ਸੀ ਇਸ ਲਈ ਗੁਰੂ ਨਾਨਕ ਹਿੰਦੂ ਸੀ ਆ ਇੱਕ ਗਲਤੀ ਕਰ ਰਹੇ ਨੇ ਕਿਸੇ ਦੇ ਘਰ ਪੈਦਾ ਹੋ ਕੇ ਕੋਈ ਕੁਛ ਵੀ ਨਹੀਂ ਹੁੰਦਾ ਜੀ ਮੁੱਢਲੀ ਗੱਲ ਜਿਹੜੀ ਮੈਂ ਸਮਝਾਉਣਾ ਚਾਹੁੰਦਾ ਤੁਹਾਨੂੰ ਵੀ ਅਤੇ ਉਹਨਾਂ ਵੀਰਾਂ ਨੂੰ ਜਨਮ ਕਰਕੇ ਕੋਈ ਮਨੁੱਖ ਕੁਛ ਵੀ ਨਹੀਂ ਹੁੰਦਾ ਰੱਬ ਜਿਹੜਾ ਪੈਦਾ ਕਰਦਾ ਨਾ ਕੇਵਲ ਮਨੁੱਖ ਪੈਦਾ ਕਰਦਾ ਜਨਮ ਕਰਕੇ ਕੋਈ ਕੁਛ ਨਹੀਂ ਹੁੰਦਾ ਕੇਵਲ ਮਨੁੱਖ ਪੈਦਾ ਹੁੰਦਾ ਜਨਮ ਤੋਂ ਬਾਅਦ ਕਰਮ ਕਰਕੇ ਕੋਈ ਮਨੁੱਖ ਕਿਹੋ ਜਿਹਾ ਬਣ ਜਾਂਦਾ ਕੋਈ ਕਿਹੋ ਜਿਹਾ ਬਣ ਜਾਂਦਾ ਮੈਂ ਇੱਕ ਵਾਰ ਕੀਤੀ ਸੀ ਜਨਮ ਕਰਕੇ ਕੋਈ ਡਾਕਟਰ ਨਹੀਂ ਹੁੰਦਾ ਜੇ ਡਾਕਟਰ ਦੇ ਘਰ ਜਨਮ ਲੈ ਲਿਆ ਡਾਕਟਰ ਮੰਨੋ ਕੋਈ ਕਦੀ ਵੇਖਿਆ ਜੀ ਕਿਸੇ ਯੂਨੀਵਰਸਿਟੀ ਨੂੰ ਡਿਗਰੀ ਇਸ ਲਈ ਦੇ ਦਿੱਤੀ ਹੋਵੇ ਕਿਉਂਕਿ ਇਸ ਨੇ ਡਾਕਟਰ ਦੇ ਘਰ ਜਨਮ ਲੈ ਲਿਆ ਇਹ ਡਾਕਟਰ ਹੈ ਇਸ ਨੇ ਇੰਜੀਨੀਅਰ ਦੇ ਘਰ ਜਨਮ ਲੈ ਲਿਆ ਇਹ ਇੰਜੀਨੀਅਰ ਹੈ ਐਸਾ ਕਦੀ ਨਹੀਂ ਹੋ ਸਕਦਾ ਬੇਸ਼ੱਕ ਤੂੰ ਡਾਕਟਰ ਦੇ ਘਰ ਜਨਮ ਲੈ ਲੈ ਉਹਦੇ ਵਿੱਚ ਇੰਨੀ ਕੁ ਖੁਸ਼ਕਿਸਮਤੀ ਹੈ ਕਿ ਜੇ ਤੂੰ ਵੀ ਡਾਕਟਰ ਬਣਨਾ ਚਾਹੇ ਤਾਂ ਤੈਨੂੰ ਘਰ ਵਿੱਚੋਂ ਉਸ ਸਬਜੈਕਟ ਲਈ ਬੜੀ ਹੈਲਪ ਮਿਲ ਸਕਦੀ ਹੈ ਦੂਜਿਆਂ ਨਾਲੋਂ ਛੇਤੀ ਡਿਗਰੀ ਲੈ ਸਕਣਾ ਲੇਕਿਨ ਤੈਨੂੰ ਡਿਗਰੀ ਆਪ ਪੜ੍ਹਾਈ ਕਰਕੇ ਕਾਲਜ ਅਟੈਂਡ ਕਰਕੇ ਐਗਜ਼ਾਮ ਦੇ ਕੇ ਲੈਣੀ ਪਏਗੀ ਟੈਸਟ ਦੇ ਕੇ ਲੈਣੀ ਪਏ ਐਵੇਂ ਨਹੀਂ ਮਿਲਦਾ ਹਾਂ ਕੁਝ ਆਸਾਨ ਹੋ ਜਾਏਗੀ ਜੇ ਤੇਰਾ ਜਨਮ ਡਾਕਟਰ ਦੇ ਘਰ ਹੋਇਆ ਪਰ ਜਨਮ ਕਰਕੇ ਤੂੰ ਡਾਕਟਰ ਨਹੀਂ ਪੜ੍ਹਾਈ ਕਰਕੇ ਮੈਂ ਕਰਜ਼ ਕਰਾਂ ਇਸੇ ਤਰ੍ਹਾਂ ਸੰਸਾਰ ਅੰਦਰ ਕੋਈ ਵੀ ਮਨੁੱਖ ਜਨਮ ਕਰਕੇ ਨਾ ਹਿੰਦੂ ਹੁੰਦਾ ਨਾ ਮੁਸਲਮਾਨ ਹੁੰਦਾ ਨਾ ਈਸਾਈ ਹੁੰਦਾ ਨਾ ਸਿੱਖ ਹੁੰਦਾ ਮੈਂ ਇਹ ਵੀ ਅਰਜ਼ ਕਰਦੇ ਇਹ ਵੀ ਇੱਕ ਭੁਲੇਖਾ ਆਮ ਸਾਡੇ ਵੀਰਾਂ ਵਿੱਚ ਵੀ ਇਹ ਭੁਲੇਖਾ ਪੈ ਗਿਆ ਕਿ ਅਸੀਂ ਸਿੱਖ ਦੇ ਘਰ ਜਨਮ ਲੈ ਲਿਆ ਸਿੱਖਾਂ ਬਸ ਬਹੁਤ ਸਾਰੇ ਵੀਰ ਸਾਡੇ ਚੋਂ ਅਸੀਂ ਸਿੱਖ ਦੇ ਘਰ ਜਨਮ ਲੈ ਲਿਆ ਬਸ ਜੋ ਕੁਛ ਮਰਜ਼ੀ ਕਰੀ ਜਾਈਏ ਜਿਸ ਤਰ੍ਹਾਂ ਮਰਜ਼ੀ ਜੀ ਅਸੀਂ ਸਿੱਖਾਂ ਜੀ ਹੈ ਜਨਮ ਲੈਣ ਨਾਲ ਕੋਈ ਸਿੱਖ ਹੋ ਜਾਂਦਾ ਮੈਂ ਉਹਨਾਂ ਵੀਰਾਂ ਕੋਲ ਪੁੱਛਣਾ ਜੇ ਜਨਮ ਕਰਕੇ ਕੋਈ ਹਿੰਦੂ ਹੁੰਦਾ ਤੇ ਉਹ ਹਿੰਦੂ ਹੀ ਰਹਿੰਦਾ ਕੁਛ ਬਣ ਨਹੀਂ ਸਕਦਾ ਸਾਨੂੰ ਤੁਸੀਂ ਆਖਦੇ ਹੋ ਤੇ ਫਿਰ ਮੈਂ ਪੁੱਛਣਾ ਈਸਾਈਆਂ ਨਾਲ ਕਿਉਂ ਲੜੀ ਜਾਂਦੇ ਹੋ ਹਰ ਆਏ ਦਿਨ ਚਰਚਾਂ 'ਤੇ ਹਮਲੇ ਹੁੰਦੇ ਨੇ
ਬਿਹਾਰ ਵਿੱਚ ਇੰਨਾ ਕੁਝ ਹੋਇਆ, ਉੜੀਸਾ ਵਿੱਚ ਇੰਨਾ ਕੁਝ ਹੋਇਆ, ਉਹ ਕੀ ਕਰਦੇ ਨੇ? ਉਹਨਾਂ ਨੂੰ ਤੁਸੀਂ ਆਖਦੇ ਹੋ ਹਾਂ ਹਿੰਦੂ ਨੂੰ ਈਸਾਈ ਬਣਾਉਂਦੇ ਹੈ, ਹਿੰਦੂ ਤਾਂ ਜਨਮ ਕਰਕੇ ਹੋ ਗਿਆ, ਫਿਰ ਉਹ ਈਸਾਈ ਕਿਵੇਂ ਬਣ ਗਿਆ? ਜੇ ਜਨਮ ਕਰਕੇ ਹੀ ਕੋਈ ਹਿੰਦੂ ਹੋ ਜਾਂਦਾ ਤੇ ਉਹ ਸਿੱਖ ਬਣਨ ਤੋਂ ਬਾਅਦ ਵੀ ਸਿੱਖ ਨਹੀਂ ਹੁੰਦਾ, ਹਿੰਦੂ ਹੀ ਹੁੰਦਾ, ਕਿਉਂਕਿ ਉਹਨੇ ਜਨਮ ਹਿੰਦੂ ਦੇ ਕਰ ਲਿਆ। ਤੇ ਫਿਰ ਈਸਾਈ ਕਿਵੇਂ ਬਣ ਗਿਆ? ਉਹ ਵੀ ਤਾਂ ਹਿੰਦੂ ਦੇ ਘਰ ਜਨਮ ਲੈ ਕੇ ਪੈਦਾ ਹੋਇਆ, ਉਹਨੂੰ ਕੋਈ ਈਸਾਈ ਤਾਂ ਬਣ ਹੀ ਨਹੀਂ ਸਕਦਾ। ਉੱਥੇ ਤੁਸੀਂ ਇਹ ਚੀਜ਼ ਲਾਗੂ ਨਹੀਂ ਕਰਦੇ। ਜਦੋਂ ਚਾਰ ਕੁ ਈਸਾਈ ਬਣ ਜਾਂਦੇ ਨੇ ਕਿਸੇ ਸੇਵਾ ਭਾਵਨਾ ਨਾਲ ਜਾਂ ਕਿਸੇ ਕਾਰਨ, ਤੇ ਉੱਥੇ ਤੁਸੀਂ ਚਰਚਾਂ ਨੂੰ ਸਾੜਨ, ਗਿਰਜਿਆਂ ਨੂੰ ਸਾੜਨ ਤੱਕ, ਪਾਦਰੀਆਂ ਨੂੰ ਮਾਰਨ ਤੱਕ ਜਾਂਦੇ ਹੋ ਇਸ ਖਿਆਲ ਨਾਲ ਕਿ ਇਹ ਕਿਸੇ ਹਿੰਦੂ ਨੂੰ ਈਸਾਈ ਬਣਾ ਰਹੇ ਨੇ। ਇਹਦਾ ਮਤਲਬ ਕੋਈ ਬਣ ਵੀ ਸਕਦਾ ਕੁਛ, ਇੱਥੇ ਤੁਸੀਂ ਨਹੀਂ ਮੰਨਦੇ ਕਿ ਕੁਛ ਬਣ ਵੀ ਸਕਦਾ। ਇੱਥੇ ਤੁਸੀਂ ਕਹਿੰਦੇ ਹੋ ਕਿ ਹਿੰਦੂ ਸੀ ਗੁਰੂ ਨਾਨਕ, ਇਸ ਲਈ ਉਹਦਾ ਜਨਮ ਕਿਉਂਕਿ ਹਿੰਦੂ ਦੇ ਘਰ ਹੋਇਆ ਇਸ ਲਈ ਹਿੰਦੂ ਸੀ। ਮੈਂ ਪਹਿਲਾਂ ਅਰਜ਼ ਕਰਾਂ ਕਿ ਜਨਮ ਕਰਕੇ ਕੋਈ ਮਨੁੱਖ ਕਿਸੇ ਦੇ ਘਰ ਵੀ ਜਨਮ ਲੈ ਕੇਵਲ ਮਨੁੱਖ ਜਨਮ ਲੈਂਦਾ, ਜੇ ਉਹਨੇ ਈਸਾਈ ਬਣਨਾ ਹੋਵੇ ਬਣਨਾ ਪੈਂਦਾ, ਜੇ ਉਹਨੇ ਮੁਸਲਮਾਨ ਬਣਨਾ ਹੋਵੇ ਬਣਨਾ ਪੈਂਦਾ। ਗੁਰੂ ਨਾਨਕ ਨੇ ਵੀ ਮੰਨ ਲਓ ਹਿੰਦੂ ਦੇ ਘਰ ਜਨਮ ਲਿਆ, ਪਰ ਹਿੰਦੂ ਦੇ ਘਰ ਜਨਮ ਲੈਣ ਕਰਕੇ ਹਿੰਦੂ ਨਹੀਂ, ਕਿਉਂਕਿ ਮਨੁੱਖ ਨੇ ਜਨਮ ਲਿਆ, ਹਿੰਦੂ ਨੇ ਨਹੀਂ ਲਿਆ। ਜਿਸ ਦਿਨ ਉਹਨੂੰ ਹਿੰਦੂ ਬਣਾਉਣ ਦਾ ਮਸਲਾ ਆਇਆ, ਜਨੇਊ ਪਾ ਕੇ, ਉਸ ਦਿਨ ਗੁਰੂ ਨਾਨਕ ਨੇ ਨਾਂਹ ਕਰ ਦਿੱਤੀ, ਮੈਂ ਹਿੰਦੂ ਨਹੀਂ ਬਣਨਾ। ਗੁਰੂ ਨਾਨਕ ਤਾਂ ਹਿੰਦੂ ਬਣਿਆ ਹੀ ਨਹੀਂ, ਜਨਮ ਕਰਕੇ ਹੋ ਨਹੀਂ ਸਕਦਾ, ਤੇ ਜਿਸ ਦਿਨ ਬਣਾਉਣ ਦਾ ਮਸਲਾ ਸੀ ਉਸ ਦਿਨ ਬਣਿਆ ਨਹੀਂ, ਉਸ ਦਿਨ ਜਵਾਬ ਦਿੱਤਾ ਮੈਂ ਨਹੀਂ ਬਣਨਾ, ਬਲਕਿ ਬੜੀ ਦਲੀਲ ਨਾਲ ਜਵਾਬ ਦਿੱਤਾ ਕਿ ਮੈਨੂੰ ਐਸੇ ਹਿੰਦੂਇਜ਼ਮ ਦੀ ਲੋੜ ਨਹੀਂ। ਛੋਕੜ ਮੁੱਲ ਅਣਾਇਆ ਮੈਂ ਚੌਕੇ ਪਾਇਆ, ਸਿੱਖਾਂ ਕਣ ਚੜਾਈਆਂ ਗੁਰਬਾਹਮਣ ਥੀਆ, ਉਹ ਮੋਆ ਉਹ ਚੜ ਪਿਆ ਵੇ ਤੱਗਾ, ਮੈਨੂੰ ਲੋੜ ਨਹੀਂ। ਬਹੁਤ ਸਾਰੇ ਗੁਰਬਾਣੀ ਦੇ ਐਸੇ ਸ਼ਬਦ, ਮੈਂ ਆਪਣੀ ਜ਼ਬਾਨ ਨੂੰ ਕੁਛ ਨਹੀਂ ਕਹਿਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਫੈਸਲੇ। ਇਸ ਲਈ ਇੱਕ ਖਿਆਲ ਕਰਿਓ, ਗੁਰੂ ਨਾਨਕ ਹਿੰਦੂ ਨਹੀਂ ਸੀ, ਜਨਮ ਕਰਕੇ ਹੋ ਨਹੀਂ ਸਕਦਾ ਤੇ ਕਰਮ ਕਰਕੇ ਬਣਿਆ ਨਹੀਂ, ਤੇ ਉਹਦੇ ਘਰ ਸਿੱਖੀ ਦਾ ਜਨਮ ਹੋਇਆ, ਇਸ ਲਈ ਸਿੱਖੀ ਤਾਂ ਹਿੰਦੂ ਹੋ ਹੀ ਨਹੀਂ ਸਕਦੀ। ਪਹਿਲਾ ਭੁਲੇਖਾ ਇਹ ਪਾਇਆ ਜਾ ਰਿਹਾ ਹੈ। ਹੁਣ ਦੂਜੇ ਢੰਗ ਨਾਲ ਜਿਹੜਾ ਸਾਡੇ ਪੈਰੋਂ ਹੋ ਰਿਹਾ ਉਹ ਵੀਰੋ ਸਾਨੂੰ ਸਮਝਣ ਦੀ ਲੋੜ ਹੈ। ਬੜੀਆਂ ਮੁਸ਼ਕਲਾਂ ਨਾਲ ਸਦੀਆਂ ਬਾਅਦ ਕਦੀ ਗੁਰਦੁਆਰਾ ਸੁਧਾਰ ਲਹਿਰ ਨੇ, ਕਦੀ ਸਿੰਘ ਸਭਾ ਲਹਿਰ ਨੇ ਸਾਡੇ ਵਿਹੜੇ ਸਾਫ਼ ਕੀਤੇ ਸਨ ਮੂਰਤੀ ਪੂਜਾ ਤੋਂ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਅੰਦਰ ਥਾਂ ਥਾਂ ਪਈਆਂ ਹੋਈਆਂ ਮੂਰਤੀਆਂ ਨੂੰ ਬੜੀ ਮੁਸ਼ਕਲ ਨਾਲ ਉਠਾਇਆ ਸੀ ਕਿ ਸਿੱਖ ਮੂਰਤੀ ਪੂਜਾ ਨਹੀਂ ਕਰਦਾ, ਬੁੱਤ ਦਾ ਪੁਜਾਰੀ ਨਹੀਂ। ਪਰ ਬਹੁਤੀ ਦੇਰੀ ਨਾ ਗੁਜ਼ਰੀ, ਕੁਝ ਦਹਾਕਿਆਂ ਵਿੱਚ ਹੀ ਸਾਡਾ ਸਭ ਕੁਝ ਫਿਰ ਬਦਲ ਗਿਆ। ਫਿਰ ਦੁਹਰਾ ਦੇ, ਇਹ ਕਿਉਂ ਬਦਲਿਆ? ਮੈਨੂੰ ਅੱਜ ਵੀਰ ਸਵੇਰੇ ਆਖ ਰਿਹਾ ਸਨ, ਮੈਂ ਉਸ ਗੱਲ ਨੂੰ ਦੁਹਰਾ ਦੇ, ਇਹ ਤਾਂ ਬਦਲਿਆ ਕਿਉਂਕਿ ਇਹ ਸਾਡਾ ਜੀਵਨ ਗੁਲਾਮ ਹੈ, ਅਸੀਂ ਕਿਸੇ ਜੇਲ੍ਹ ਵਿੱਚ ਬੈਠੇ ਹਾਂ। ਗੱਲ ਚੱਲੀ ਸੀ ਤੇ ਜੇਲ੍ਹ ਦੇ ਬੰਦੀ ਖਾਨੇ ਵਿੱਚ ਰਹਿਣ ਵਾਲੇ ਮਨੁੱਖ ਦੀ ਆਪਣੀ ਮਰਜ਼ੀ ਨਹੀਂ ਹੁੰਦੀ, ਕਰਦਾ ਸਭ ਕੁਝ ਹੈ ਪਰ ਕਿਸੇ ਦੀ ਮਰਜ਼ੀ ਨਾਲ। ਅੱਜ ਸਾਡੀ ਹਾਲਤ ਇਹ, ਅਸੀਂ ਕਰ ਸਭ ਕੁਝ ਰਹੇ ਹਾਂ ਪਰ ਕਿਸੇ ਦੀ ਮਰਜ਼ੀ ਨਾਲ। ਮੈਂ ਇਸ ਸਬਜੈਕਟ ਦੇ ਵੀ ਜ਼ਿਆਦਾ ਵਿਸਥਾਰ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਇੱਕ ਗੱਲ ਸੰਖੇਪ ਚਰਚ ਕਰਨਾ ਚਾਹੁੰਦਾ, ਜੇਲ੍ਹ ਖਾਨੇ ਦਾ ਅਤੇ ਘਰ ਦਾ ਫਰਕ ਕੀ ਹੈ? ਜੇਲ੍ਹ ਵਿੱਚ ਵੀ ਮਨੁੱਖ ਰੋਟੀ ਖਾਂਦਾ, ਘਰ ਵੀ ਖਾਂਦਾ, ਜੇਲ੍ਹ ਵਿੱਚ ਵੀ ਕੱਪੜੇ ਪਾਉਂਦਾ, ਘਰ ਵੀ ਪਾਉਂਦਾ, ਜੇਲ੍ਹ ਵਿੱਚ ਵੀ ਸੌਂਦਾ, ਘਰ ਵੀ ਸੌਂਦਾ। ਪਰ ਇੱਕ ਖਿਆਲ ਕਰਿਓ, ਜੇਲ੍ਹ ਵਿੱਚ ਵੀ ਗੱਲਾਂ ਕਰਦਾ, ਘਰ ਵੀ ਕਰਦਾ, ਪਰ ਲੇਕਿਨ ਦੋਵਾਂ ਥਾਵਾਂ ਦੇ ਟਿਕਾਣਿਆਂ ਦਾ ਫਰਕ ਕੀ ਹੈ? ਮੈਂ ਇੱਕ ਵਾਰ ਕੀਤੀ ਸੀ, ਜੇਲ੍ਹ ਖਾਨੇ ਤੋਂ ਲੋਕ ਡਰਦੇ ਕਿਉਂ ਨੇ, ਭੱਜਦੇ ਕਿਉਂ ਨੇ? ਹਾਲਾਂਕਿ ਜੇਲ੍ਹ ਖਾਨਾ ਵੱਡਾ ਹੁੰਦਾ, ਘਰ ਤਾਂ ਜ਼ਿੰਦਗੀ ਵਿੱਚ ਮਨੁੱਖ ਏਡਾ ਵੱਡਾ ਬਣਾ ਹੀ ਨਹੀਂ ਸਕਦਾ ਜਿੰਨਾ ਵੱਡਾ ਜੇਲ੍ਹ ਖਾਨਾ ਹੁੰਦਾ। ਫਿਰ ਘਰ ਵਿੱਚ ਤਾਂ ਰੋਟੀ ਦਾ ਆਹਰ ਕਰਨ ਵਾਸਤੇ, ਰੋਟੀ ਕਮਾਉਣ ਲਈ ਦਿਨ ਰਾਤ ਮਨੁੱਖ ਇੱਕ ਕਰਦਾ, ਉੱਥੇ ਪੱਕੀ ਪਕਾਈ ਮਿਲ ਜਾਂਦੀ, ਫਿਕਰ ਹੀ ਕੋਈ ਹੁੰਦਾ। ਘਰ ਦੇ ਦਰਵਾਜ਼ੇ ਦੇ ਸਾਹਮਣੇ ਪਹਿਰੇਦਾਰ ਸੰਤਰੀ ਖੜਾ ਹੋਣਾ ਇੱਕ ਅਮੀਰੀ ਦੀ ਨਿਸ਼ਾਨੀ ਹੈ। ਅੱਜ ਵੀ ਜਿਹੜੇ ਬੜੇ ਵੱਡੇ ਅਮੀਰ ਆਦਮੀ ਨੇ ਉਹ ਆਪਣੇ ਘਰ ਦੇ ਦਰਵਾਜ਼ਿਆਂ ਦੇ ਸਾਹਮਣੇ ਪਹਿਰੇਦਾਰ ਖੜੇ ਕਰਦੇ ਨੇ ਤੇ ਉੱਥੇ ਆਪੇ ਹੀ ਖੜਾ ਹੁੰਦਾ। ਇੰਨਾ ਕੁਝ ਮੇਰੀ ਸਿਕਿਉਰਿਟੀ ਵਾਸਤੇ ਦਰਵਾਜ਼ੇ 'ਤੇ ਪਹਿਰੇਦਾਰ ਖੜੋਤਾ,
ਮੈਨੂੰ ਪੱਕੀ ਪਕਾਈ ਰੋਟੀ ਮਿਲ ਰਹੀ ਹੈ ਤੇ ਫਿਰ ਮੈਂ ਜੇਲ੍ਹ ਵਿੱਚ ਨਹੀਂ ਵਹਿਣਾ ਚਾਹੁੰਦਾ। ਘਰ ਵੱਡਾ ਹੈ, ਉਹਨਾਂ ਘਰ ਤਾਂ ਮੇਰੇ ਕੋਲ ਹੈ ਹੀ ਨਹੀਂ ਤੇ ਮੈਂ ਉੱਥੇ ਕਰਜ਼ ਕੀਤੀ ਸੀ। ਖਿਆਲ ਕਰਿਓ ਇਹਨਾਂ ਦੋਹਾਂ ਵਿੱਚ ਅੰਤਰ ਕੀ, ਫਰਕ ਸਿਰਫ ਇੰਨਾ ਹੈ ਉੱਥੇ ਰੋਟੀ ਖਾ ਰਿਹਾ ਆਪਣੀ ਮਰਜ਼ੀ ਦੀ ਨਹੀਂ, ਜੋ ਮੈਨੂੰ ਖਵਾਇਆ ਜਾ ਰਿਹਾ ਖਾ ਰਿਹਾ। ਉੱਥੇ ਵੀ ਮੈਂ ਸੌਣਾ ਹੈ ਲੇਕਿਨ ਟਾਈਮ ਮੇਰੀ ਮਰਜ਼ੀ ਦਾ ਨਹੀਂ, ਜਿੰਨੇ ਮਰਜ਼ੀ ਜਿੰਨੇ ਵਜੇ ਚਾਹਣ। ਜੇਲ੍ਹ ਦੇ ਨਿਯਮਾਂ ਦੇ ਮੁਤਾਬਕ ਲਾਈਟ ਆਫ ਕਰ ਦੇਣ ਜਾਂ ਜਗਾ ਦੇਣ ਜਾਂ ਉਠਾ ਦੇਣ ਕੈਦੀ ਨੂੰ, ਜਾਂ ਜਗਾ ਦੇਣ ਜਾਂ ਸਵਾ ਦੇਣ, ਉਹਨਾਂ ਦੀ ਮਰਜ਼ੀ ਹੈ। ਨਾ ਸੌਣਾ ਤੇਰੀ ਮਰਜ਼ੀ 'ਤੇ ਹੈ, ਨਾ ਖਾਣਾ ਤੇਰੀ ਮਰਜ਼ੀ 'ਤੇ ਹੈ। ਜੇ ਤੂੰ ਚਾਹੇ ਮੈਂ ਆਪਣੀ ਮਰਜ਼ੀ ਦਾ ਸੂਟ ਪਾ ਲਵਾਂ, ਬਿਲਕੁਲ ਨਹੀਂ। ਜੋ ਖੱਦਰ ਦੇ ਜਿਸ ਕਿਸਮ ਦੇ ਕੱਪੜੇ ਉਹਨਾਂ ਦੀ ਵਰਦੀ ਹੈ, ਇੱਕ ਕੈਦੀ ਨੂੰ ਅਹਿਸਾਸ ਕਰਾਉਣ ਲਈ ਕਿ ਤੂੰ ਕੈਦੀ ਹੈ, ਉਹੀ ਤੇਰੀ ਵਰਦੀ ਹੈ। ਜਿੱਥੇ ਮਰਜ਼ੀ ਖੋ ਜਾਏ ਘਰੇ ਸਭ ਕੁਝ, ਪਰ ਮਰਜ਼ੀ ਸਾਡੀ ਨਾ ਹੋਵੇ ਕਿਸੇ ਦੀ ਹੋਵੇ, ਬਸ ਉਹਦਾ ਨਾਮ ਜੇਲ੍ਹਖਾਨਾ ਹੈ। ਕਦੀ ਕਿਰੇ ਬਾਹ ਵਿੱਚ ਹੱਥ ਮਾਰਿਓ, ਅੱਜ ਸਾਡੀ ਜ਼ਿੰਦਗੀ ਕੀ, ਅਸੀਂ ਕਰ ਸਭ ਕੁਝ ਰਹੇ ਹਾਂ। ਮੈਨੂੰ ਦੁੱਖ ਨਾਲ ਕਹਿਣਾ ਪੈਂਦਾ, ਕੀਰਤਨ ਹੁੰਦੇ ਨੇ, ਦੀਵਾਨ ਸੱਜਦੇ ਨੇ, ਅਕਾਲ ਤਖ਼ਤ ਅੱਗੇ ਸਿਰ ਝੁਕਦਾ, ਹੁਕਮਨਾਮੇ ਜਾਰੀ ਹੁੰਦੇ ਨੇ, ਹੁਕਮਨਾਮੇ ਮੰਨੇ ਜਾਂਦੇ ਨੇ, ਫੈਸਲੇ ਹੁੰਦੇ ਨੇ। ਪਰ ਖਿਆਲ ਕਰਿਓ ਮੇਰੀ ਇੱਕ ਕੌੜੀ ਸੱਚਾਈ, ਕੋਈ ਕਬੂਲੇ ਨਾ ਕਬੂਲੇ, ਹੁੰਦਾ ਸਭ ਕੁਝ ਹੈ ਲੇਕਿਨ ਮਰਜ਼ੀ ਸਾਡੀ ਨਾਲ ਨਹੀਂ, ਮਰਜ਼ੀ ਕਿਸੇ ਹੋਰ ਦੀ। ਜੋ ਕੁਛ ਉੱਤੋਂ ਇਜਾਜ਼ਤ, ਇੱਥੇ ਆਹ ਸ਼ਬਦ ਪੜ੍ਹਿਓ, ਆਹ ਨਾ ਪੜ੍ਹਿਓ, ਕਿਉਂਕਿ ਕਿਤੇ ਕੋਈ ਨਾਰਾਜ਼ ਨਾ ਹੋ ਜਾਏ। ਆਹ ਹੁਕਮ ਕਰਿਓ, ਆਹ ਨਾ ਕਰਿਓ, ਕਿਉਂਕਿ ਸਰਕਾਰ ਦੀ ਮਰਜ਼ੀ ਨਹੀਂ। ਇਉਂ ਜੀਵਨ ਬਦਲ ਗਿਆ ਔਰ ਨਤੀਜਾ ਇਹ ਨਿਕਲਿਆ, ਹੁਣ ਸਮੇਂ ਦੇ ਅੰਦਰ ਇੱਕ ਪ੍ਰੋਬਲਮ ਖੜੀ ਹੋ ਗਈ। ਕਦੇ ਸਾਡੇ ਘਰ ਵਿੱਚੋਂ ਮੂਰਤੀਆਂ ਕੱਢੀਆਂ ਗਈਆਂ ਸਨ, ਅੱਜ ਸਿੱਖ ਮੂਰਤੀਆਂ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ। ਹੁਣ ਤੇ ਘਰ ਵਿੱਚ ਮੂਰਤੀਆਂ ਲਿਆਉਣ ਦੀ ਲੋੜ ਹੀ ਨਹੀਂ ਪੈਣੀ, ਮੂਰਤੀਆਂ ਘਰ ਵਿੱਚ ਲਿਆਉਣ ਦੀ ਲੋੜ ਨਹੀਂ ਪੈਣੀ। ਹੁਣ ਵਾਪਸ ਦਰਬਾਰ ਸਾਹਿਬ ਮੂਰਤੀਆਂ ਲਿਆਉਣ ਲੱਗਿਆਂ ਹੋ ਸਕਦਾ ਉਹਨਾਂ ਨੂੰ ਦੇਰ ਲੱਗੇ, ਉਹਨਾਂ ਨੇ ਇੱਕ ਪ੍ਰਕਾਸ਼ ਦਾੜੇ ਵਾਲਾ ਸਿੱਖ, ਇੱਕ ਉੱਤੋਂ ਦੀ ਕਿਰਪਾਨ ਪਾਉਣ ਵਾਲਾ ਸਿੱਖ ਮੂਰਤੀਆਂ ਦੇ ਸਾਹਮਣੇ ਨੱਚਦਾ ਦਿਖਾ ਦਿੱਤਾ ਹੈ। ਕੀ ਆਖੋਗੇ, ਸਾਡਾ ਸਭ ਕੁਝ ਬਦਲ ਰਿਹਾ, ਈਵਨ ਵਜੂਦ ਬਦਲ ਰਿਹਾ। ਇਹ ਸਭ ਕੁਝ ਤਾਂ ਬਦਲ ਰਿਹਾ ਕਿਉਂਕਿ ਅਸੀਂ ਜੇਲ੍ਹ ਵਿੱਚ ਹਾਂ, ਪ੍ਰਬੰਧਕ ਉਹ ਨੇ। ਜਦੋਂ ਪ੍ਰਬੰਧ ਬਦਲ ਜਾਏ ਨਾ, ਉਦੋਂ ਸਭ ਕੁਝ ਬਦਲ ਜਾਂਦਾ ਹੈ। ਹੁਣ ਇੱਕ ਨਵੀਂ ਸਾਜਿਸ਼ ਨਾਲ ਸਾਡੇ ਸਾਹਮਣੇ ਇੱਕ ਐਸਾ ਦੁਖਾਂਤ ਆ ਰਿਹਾ ਜਿਹੜਾ ਵੀਰੋ ਤੁਹਾਡੇ ਨਾਲ ਸੰਬੰਧਿਤ ਹੈ। ਹੋ ਸਕਦਾ ਇੰਨੀ ਕੁ ਗੱਲ ਸਾਂਝੀ ਕਰਦਿਆਂ ਮੇਰਾ ਸਮਾਂ ਹੋ ਜਾਏ, ਉਹ ਗੱਲ ਮੈਂ ਜ਼ਰੂਰੀ ਸਮਝਦਾ, ਇਸ ਲਈ ਬਾਕੀ ਗੱਲਾਂ ਨੂੰ ਸਮੇਟ ਕੇ ਮੈਂ ਉਸ ਪਾਸੇ ਆਉਣਾ ਚਾਹੁੰਦਾ। ਉਹ ਹੈ ਗੁਰਦੁਆਰਾ ਪ੍ਰਬੰਧ। ਉਹਨਾਂ ਨੂੰ ਪਤਾ ਹੈ ਕਿ ਜਿਹੋ ਜਿਹਾ ਪ੍ਰਬੰਧ ਹੋਵੇ ਉਹ ਜੀ ਮਰਿਆਦਾ ਹੁੰਦੀ ਹੈ, ਉਹੋ ਜੀ ਪ੍ਰੇਰਨਾ ਹੁੰਦੀ ਹੈ। ਇਹ ਤੁਸੀਂ ਅਸੀਂ ਸਾਰਿਆਂ ਨੇ ਦੇਖ ਲਿਆ। ਉਹਨਾਂ ਨੂੰ ਇਹ ਪਤਾ ਹੋਣ ਦੇ ਬਾਵਜੂਦ ਇਹੋ ਕਾਰਨ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਵੇਲੇ ਹਮਲਾ ਕੀਤਾ ਹੈ ਕਿ ਗੁਰਦੁਆਰਾ ਪ੍ਰਬੰਧ ਸਾਡੇ ਹੱਥ ਆ ਜਾਏ। ਉਹਦੇ ਵਿੱਚ ਸਿੱਧੇ ਅਸਿੱਧੇ ਅਸੀਂ ਖੁਦ ਜ਼ਿੰਮੇਵਾਰ ਹਾਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨੋਂ ਹੀ ਗੁਰਦੁਆਰਾ ਐਕਟ ਦੇ ਅਧੀਨ ਨੇ। ਹਿੰਦੁਸਤਾਨ ਦੀ ਇੱਕੋ ਸਰਕਾਰ ਦੇ ਦੋਨੋਂ ਐਕਟ ਨੇ, ਲੇਕਿਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਵਿੱਚ ਉਹਨਾਂ ਨੇ ਸਹਿਜਧਾਰੀ ਨਾਮ ਨਹੀਂ ਪਾਇਆ। ਸਹਿਜਧਾਰੀ ਸਿੱਖ ਵੋਟਰ ਨਾਮ ਉੱਥੇ ਕੋਈ ਨਹੀਂ, ਉੱਥੇ ਕੋਈ ਸਹਿਜਧਾਰੀ ਵੋਟਰ ਨਹੀਂ ਹੋ ਸਕਦਾ ਗੁਰਦੁਆਰਾ ਪ੍ਰਬੰਧ ਚੁਣਨ ਲਈ। ਲੇਕਿਨ ਉਸੇ ਹੀ ਸਰਕਾਰ ਦੇ ਉਸੇ ਹੀ ਪਾਰਲੀਮੈਂਟ ਵਿੱਚੋਂ ਪਾਸ ਹੋਇਆ ਹੋਇਆ ਗੁਰਦੁਆਰਾ ਕਾਨੂੰਨ ਜਿਹੜਾ ਪੰਜਾਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਲਾਗੂ ਹੈ, ਉਹਦੇ ਵਿੱਚ ਸਹਿਜਧਾਰੀ ਸਿੱਖ ਨਾਮ ਦਾ ਵੋਟਰ ਹੈ ਪਾਇਆ ਗਿਆ। ਇੱਕੋ ਹੀ ਸਿੱਖਾਂ ਦੇ ਗੁਰਦੁਆਰੇ ਨੇ, ਕੋਈ ਦਿੱਲੀ ਦੇ ਸਿੱਖ ਦੀ ਪਰਿਭਾਸ਼ਾ ਵੱਖਰੀ ਨਹੀਂ, ਪੰਜਾਬ ਦੇ ਸਿੱਖ ਦੀ ਪਰਿਭਾਸ਼ਾ ਵੱਖਰੀ ਨਹੀਂ। ਦੋਨੋਂ ਹੀ ਗੁਰਦੁਆਰੇ ਨੇ, ਦੋਨਾਂ ਅਸਥਾਨਾਂ 'ਤੇ ਦੋਨੋਂ ਹੀ ਗੁਰਦੁਆਰਾ ਐਕਟ ਰਖਵਾਉਂਦੇ ਨੇ। ਉੱਥੇ ਨਹੀਂ, ਇੱਥੇ ਕਿਉਂ?
सिर्फ कारण यह है कि वो समझते ने कि दिल्ली गुरद्वारा प्रबंधक कमेटी का कोई फैसला सारे दुनिया के सिखा से लागू नहीं होंगे। उत्थे कोई भी फैसला करना साढ़े थोड़े तो लागू नहीं होंगे। लेकिन श्रोमणी गुरुद्वारा प्रबंधक कमेटी क्योंकि यह अकाल तख्त न संबंधित है, श्री अकाल तख्त साहब तो जोड़ा भी हुक्म जारी होगा क्योंकि सारी दुनिया के सिखा से लागू होंगे, इसलिए इसनों अपने कब्जे में करो, फिर उतों जो मर्जी जिमें सा दिल चाहेगा उस तरह के हुक्मनामे जारी कराई चलेंगे। और हो पिछले दिहाड़िया किसी सिंह साहब की रचना तो यह गल निकली कि सिख कोई आसमानू नहीं डिगे, ये भी लव कुश की औलाद ही नहीं, ही निकले, ऐसा माहौल पैदा किया जा रहा। पर पढ़ियो यह दोष असी निरा विरोधी नूं क्यों देईए, उन्हें तो हार साडी कमजोरी का फायदा उठाना। पता नहीं सहधारी सिख वोटर का नाम वरत के वह अगे क्यों आ रहे हैं, आने वाले इलेक्शन में तुहाडे हथों गुरद्वारा प्रबंध चला जाना है ना, फिर तुहाडे कोल उत्थे स्वरूप वाले सिद्धांत रहने ना, अकाल तख्त तख्तों की जथेदारियां तुहाडे कोल रहनियां ने, स्वरूप जे भला लै भी आओ कुछ समय ले पर सिद्धांत तुहाडे उस दिन टुट जाने ने। आम रोजाना जिंदगी देख लियो किते किसी गुरद्वारे विच कोई प्रबंधक शराब वेचन वाला शराब के ठेके वाला होवे ना, उत्थे तुसी शराब के अगेंस्ट ज़्यादा बोलो या प्रचार करो, वो आखेगा प्रचारक नूं भलिया बहुत ही गल शराब दी ना करिया कर, मजबूरी है ग्रंथी दी भी उन्हें आके अरदास भी करवानी है, तो आखना है कि हे सतगुरु इस गुरमुख गुरसिख के कारोबार विच वाधा बख्श, कर रहे हैं ग्रंथी कर रहे हैं, तो जिहड़ा ये अरदास कर रहा है कि इस गुरसिख के कारोबार किरत विच वाधा बख्शो की वह गुरु को यह नहीं मंग रहा कि शराब पीन वाले लोग ज्यादा पैदा करो, क्योंकि उत्थे शराब वेचदा सिगरटां वेचदा, तो जो गुरुद्वारे आके अरदास करूंगा तो आप वीर सारे बैठे हैं। एक कौड़ी सच्चाई मन में सोचो साढ़े बच्चों भी हो सकता है कोई ऐसे लोग होन जिन्हां दी किरत धंधे ये होन, तो गुरुद्वारे आके अरदास भी कराते हो, तो ग्रंथी सिंह अरदास भी करते हो, जिहड़ा ग्रंथी सिंह यह अरदास कर रहा है यह जानते हुए कि इस सिख का कारोबार की है, यह शराब बेचता है, यह सिगरटा बेचता है। वो श्री गुरु ग्रंथ साहब के चरणों में यह अरदास कर रहा है सतगुरु इस गुरमुख गुरसिख ने यह भेटा की है, तो अरदास करता इसके कारोबार में वाधा बख्शी किरत कमाई में बरकत पाई, तो जाने अणजाने दूजे लफ्जों में वह गुरु को यह नहीं मंग रहा कि हे सतगुरु सिगरटा पीने वाले ज्यादा पैदा करी, शराब पीने वाले ज्यादा पैदा करी, ताइयों दा वाधा होना। लेकिन उनकी भी मजबूरी है, उनकी भी मजबूरी है, तो इस मजबूरी विचों निकलिया की है गुरुद्वारा सिद्धांत का तैश नैश होना, प्रबंधक जिहो जिहा होएगा गुरुद्वारे का वातावरण उहो जिहा बनेगा। जे अपने छोटे छोटे गुरुद्वारों की हालत यह है आम साधारण अस्थाना की, तो श्रोमणी गुरुद्वारा प्रबंधक कमेटी के वातावरण की की हालत होगी जिस दिन सहजधारी नाम थले गैर केसाधारी तो गैर सिख उतों का प्रबंधक बने। लेकिन यह राह तुम खोल रहे हो, मैं बड़ा स्पष्ट हाँ, उन्होंने साढ़े थोड़े दरमियान में एक त्रेड़ पैदा करने लिए साधन बना लिया, पता है कि इन्हों बहुत सारे वीर वो ने जेडे केसा की वैल्यू नहीं समझते, केसाधारी ने। मैं पिछली किताब में एक लफ्ज पाया सी कि 19वीं सदी में वैसे तो बहुत सारे तरह तरह के सिख पैदा हुए जी, ये नामधारी सिख है जी, ये निरंकारी सिख है जी, ये राधा स्वामी सिख है जी, ये टकसाली सिख है जी, ये जथेदार बड़े सिख पैदा हुए, पर मैं क्या 19वीं सदी एक होर सिख भी पैदा होया, वो ना अभी पहली बार सुने कि ये जी क्लीन शेव्ड सिख है, बाकी तो डर्टी बाकी सारे मैले क्लीन तो यह होया। पर ख्याल करो सानू भी दुख ना हुंदा जे इस दरवाजियों कोई चोर न वड़ता, चोर न वड़ता, उन्होंने वेख लिया कि बहुत सारी तादाद यह है
ਜਿਹੜੇ ਸਿੱਖ ਵੀ ਨੇ, ਮੈਂ ਇਸ ਗੱਲੋਂ ਨਹੀਂ ਕਹਿੰਦਾ ਕਿ ਤੁਹਾਡੇ ਕੋਲ ਸ਼ਰਧਾ ਨਹੀਂ ਜਾਂ ਤੁਹਾਡੇ ਕੋਲ ਪਿਆਰ ਨਹੀਂ। ਤੁਹਾਡੀਆਂ ਸੇਵਾਵਾਂ ਕਈ ਵਾਰ ਅੰਮ੍ਰਿਤਧਾਰੀ ਕੇਸਾਧਾਰੀ ਸਿੱਖਾਂ ਨਾਲੋਂ ਜ਼ਿਆਦਾ ਗਿਣਤੀ ਵਿੱਚ ਹੁੰਦੀਆਂ ਨੇ, ਮੈਂ ਇਸ ਗੱਲ ਤੋਂ ਬਿਲਕੁਲ ਅੱਖਾਂ ਨਹੀਂ ਬੰਦ ਕਰਦਾ। ਪਰ ਜੇ ਤੁਹਾਡੇ ਮਨਾਂ ਵਿੱਚ ਸਿੱਖੀ ਲਈ ਇੰਨਾ ਪਿਆਰ ਹੈ, ਸ਼ਰਧਾ ਹੈ, ਸੇਵਾਵਾਂ ਜ਼ਿਆਦਾ ਨੇ, ਤਾਂ ਆਪਣਾ ਇੱਕ ਫਰਜ਼ ਕਿਉਂ ਨਹੀਂ ਪਛਾਣਦੇ? ਇਹ ਨਾ ਹੋਵੇ ਕਿ ਤੁਹਾਡੀ ਮੌਜੂਦਗੀ ਵਿੱਚ ਚੋਰ ਸਾਡਾ ਘਰ ਲੁੱਟ ਕੇ ਲੈ ਜਾਏ। ਮੈਂ ਤਾਂ ਸਿਰਫ ਕੇਵਲ ਉਹ ਫਰਜ਼ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਪਤਾ ਜੇ ਉਹਨਾਂ ਨੇ ਕੀ ਸੋਚਿਆ ਵੀ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਆਪਣੇ ਆਪ ਨੂੰ ਕਲੀਨ ਸ਼ੇਵਡ ਸਿੱਖ ਖੁਆਉਂਦੇ ਤੇ ਆਪਣੇ ਸਹਿਜਧਾਰੀ ਹੋਣ ਦਾ ਦਾਅਵਾ ਕਰਨ ਵਾਲੇ ਵੀ ਇੱਥੇ ਹੀ ਖੜੇ ਨੇ। ਉਹ ਕਹਿੰਦੇ ਨੇ ਜੇ ਇਹ ਬਿਨਾਂ ਕੇਸਾਂ ਤੋਂ ਸਿੱਖ ਨੇ ਤੇ ਪੂਰੇ ਅਧਿਕਾਰ ਰੱਖਦੇ ਨੇ ਹਰ ਗੁਰਦੁਆਰੇ ਵਿੱਚ ਤੇ ਹਰ ਥਾਵੇਂ, ਉਹਨਾਂ ਆਖਿਆ ਇਸ ਗੱਲ ਦਾ ਫਾਇਦਾ ਉਠਾਓ। ਉਹਨਾਂ ਆਖਿਆ ਸਹਿਜਧਾਰੀ ਸਿੱਖ ਹੈ, ਸਹਿਜਧਾਰੀ ਸਿੱਖ ਹੈ, ਇਹ ਵੋਟਰ ਬਰਾਬਰ ਦਾ, ਜਿਹੜਾ ਅੱਜ ਦਾ ਵੋਟਰ ਹੈ ਕੱਲ੍ਹ ਦਾ ਕੈਂਡੀਡੇਟ ਵੀ, ਜਿਹਨੂੰ ਵੋਟਰ ਦਾ ਅਧਿਕਾਰ ਹੈ। ਤੁਸੀਂ ਇਸ ਇਹਨਾਂ ਮੁਲਕਾਂ ਵਿੱਚ ਰਹਿੰਦੇ ਹੋ, ਜਿੰਨੀ ਦੇਰ ਤੁਸੀਂ ਵੋਟਰ ਨਹੀਂ ਉਨੀ ਦੇਰ ਕੈਂਡੀਡੇਟ ਨਹੀਂ ਬਣ ਸਕਦੇ। ਜਿਸ ਦਿਨ ਤੁਸੀਂ ਵੋਟਰ ਇੱਥੋਂ ਦੇ ਹੋ ਗਏ, ਸਿਟੀਜ਼ਨਸ਼ਿਪ ਮਿਲ ਗਈ, ਫਿਰ ਤੁਸੀਂ ਕੈਂਡੀਡੇਟ ਵੀ ਬਣ ਸਕਦੇ। ਉਹਨਾਂ ਨੇ ਹੁਣ ਪਹਿਲੀ ਆਵਾਜ਼ ਇਹ ਉਠਾਈ ਕਿ ਸਹਿਜਧਾਰੀ ਸਿੱਖ ਦੀ ਵੋਟ ਬਣਾਓ। ਹੁਣ ਸਹਿਜਧਾਰੀ ਸਿੱਖ ਦੀ ਵੋਟ ਥੱਲੇ ਸਾਡੇ ਲਈ ਇੱਕ ਪ੍ਰੋਬਲਮ ਬਣ ਗਈ, ਮੈਂ ਜਿਹੜੀ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ, ਜਿਹਨੂੰ ਤੁਹਾਨੂੰ ਸਾਂਝਾ ਕਰਨਾ ਚਾਹੁੰਦਾ। ਜੇ ਅਸੀਂ ਕਹਿੰਦੇ ਹਾਂ ਨਾਨਕੇ ਸਹਿਜਧਾਰੀ ਦੀ ਵੋਟ ਖਤਮ ਕਰੋ, ਉਹ ਗੁਰਦੁਆਰਾ ਪ੍ਰਬੰਧਕ ਵੋਟ ਨਹੀਂ ਪਾ ਸਕਦਾ, ਤਾਂ ਉਹ ਤੁਹਾਨੂੰ ਸਾਡੀ ਗੱਲ ਪਾਉਂਦੇ ਨੇ। ਉਹ ਕਹਿੰਦੇ ਹੈ ਅਸੀਂ ਇੰਨੀਆਂ ਸੇਵਾਵਾਂ ਕਰੀਏ ਗੁਰਦੁਆ, ਸਾਨੂੰ ਤੁਸੀਂ ਸਿੱਖ ਨਹੀਂ ਸਮਝਦੇ, ਤੁਹਾਡੇ ਵਿੱਚੋਂ ਵੀ ਰੱਖਣ ਲੱਗ ਪੈਂਦੇ। ਸ਼ਰਾਰਤ ਉਸਦੀ ਜਿਹੜਾ ਕਬਜ਼ਾ ਕਰਨਾ ਚਾਹੁੰਦਾ। ਉਹ ਭਲੇ ਉਹ ਕਿਸੇ ਚੋਰ ਦੀ ਸਾਜਿਸ਼ ਤਾਂ ਸਮਝ ਲਓ, ਸਾਡੇ ਲਈ ਪ੍ਰੋਬਲਮ ਕੀ ਹੈ ਕਿ ਜੇ ਅਸੀਂ ਕਹਿੰਦੇ ਹਾਂ ਕਿਸੇ ਗੈਰ ਕੇਸਾਧਾਰੀ ਦਾ ਵੋਟਰ ਹੋਣਾ ਗੁਨਾਹ, ਸਿੱਖ ਨਹੀਂ ਵੋਟਰ ਨਹੀਂ ਹੋ ਸਕਦਾ, ਤਾਂ ਉਹ ਤੁਹਾਨੂੰ ਸਾਡੀ ਗੱਲ ਪਾ ਦਿੰਦੇ, ਸਾਡੇ ਵਿੱਚ ਤੇੜ ਖੜੀ ਕਰ ਦਿੰਦੇ, ਭਰਾ ਭਰਾ ਨਾਲ ਲੜ ਪੈਂਦਾ। ਤੇ ਜੇ ਅਸੀਂ ਕਹਿੰਦੇ ਹਾਂ ਠੀਕ ਹੈ ਸਹਿਜਧਾਰੀ ਵੋਟਰ ਹੋ ਸਕਦਾ, ਤੇ ਫਿਰ ਭਲਿਓ ਆਉਣ ਵਾਲੇ 5 ਸਾਲਾਂ ਬਾਅਦ ਤੁਸੀਂ ਭੁੱਲ ਜਾਇਓ ਕਿ ਤੁਹਾਡੇ ਗੁਰਦੁਆਰੇ ਅਸਥਾਨਾਂ ਤੇ ਕੋਈ ਸਿੱਖੀ ਪਰੰਪਰਾਵਾਂ ਰਹਿ ਜਾਣ, ਕਿਉਂਕਿ ਗਿਣਤੀ ਦੇਖ ਲਓ ਤੁਸੀਂ ਤਾਂ ਪੰਜਾਬ ਵਿੱਚ 1 ਕਰੋੜ ਵੀ ਨਹੀਂ ਰਹਿੰਦੇ, ਉਹਨਾਂ ਦੀ ਆਬਾਦੀ ਤੁਹਾਡੇ ਸਾਡੇ ਨਾਲੋਂ ਜ਼ਿਆਦਾ ਹੈ। ਫਿਰ ਬਿਹਾਰ ਦਾ ਯੂਪੀ ਦਾ ਜਿੰਨਾ ਭਈਆ ਆ ਰਿਹਾ ਪੰਜਾਬ ਵਿੱਚ, ਸਾਰਿਆਂ ਨੇ ਆਪਣੀਆਂ ਵੋਟਾਂ ਪੜਾਈਆਂ, ਔਰ ਹੁਣ ਉਹੋ ਹੀ ਵੋਟਾਂ ਸਹਿਜਧਾਰੀ ਨਾਮ ਥੱਲੇ ਉਹਨਾਂ ਨੇ ਫਾਰਮ ਵੱਖਰੇ ਬਣਾ ਦਿੱਤੇ ਨੇ। ਇਹ ਜਿਹੜਾ 1.5 ਸਾਲ ਲੇਟ ਹੋ ਰਿਹਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਸ਼ਨ ਇਸੇ ਸਾਜਿਸ਼ ਅਧੀਨ ਹੋ ਰਿਹਾ ਕਿ ਪਹਿਲਾਂ ਰੱਜ ਕੇ ਸਹਿਜਧਾਰੀ ਨਾਮ ਦੀਆਂ ਵੋਟਾਂ ਬਣਾ ਲਓ। ਜਿਸ ਵੇਲੇ ਸਾਡੀ ਸਹਿਜਧਾਰੀ ਦੇ ਨਾਮ ਥੱਲੇ ਵੋਟਾਂ ਦੀ ਗਿਣਤੀ ਵੱਧ ਜਾਏ ਫਿਰ ਇਲੈਕਸ਼ਨ ਕਰਾ ਦਿਓ, ਭਾਵੇਂ ਕੈਂਡੀਡੇਟ ਅਜੇ ਸਿੱਖ ਹੀ ਕੇਸਾਧਾਰੀ ਬਣਾ ਦਿਓ, ਲੇਕਿਨ ਕੇਸਾਧਾਰੀ ਵੀ 5-10 ਪੈਦਾ ਕਰਨੇ ਉਹਨਾਂ ਲਈ ਕੋਈ ਮੁਸ਼ਕਲ ਨਹੀਂ, 10-20 ਵੋਟ ਕੈਂਡੀਡੇਟ ਬਣਾ ਦਿਓ। ਮੁੜ ਉਹਨਾਂ ਦੇ ਪਿੱਛੇ ਆਪਣੀ ਸਾਜਿਸ਼ ਨਾਲ ਪ੍ਰੈਸ਼ਰ ਰੱਖੋ, ਭਲਿਆ ਤੈਨੂੰ ਅਸੀਂ ਤਾਂ ਜਿਤਾਇਆ, ਤੂੰ ਇੱਥੇ ਆਹ ਸਿਧਾਂਤ ਬਣਾਉਣਾ ਆ ਨਹੀਂ ਉਸ ਥਾਂ ਤੋਂ, ਜੇ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਅੰਮ੍ਰਿਤ ਦੀ ਗੱਲ ਅਤੇ ਕੇਸਾਂ ਦੀ ਗੱਲ ਅਤੇ ਸਿੱਖੀ ਸਿਧਾਂਤ ਦੀ ਗੱਲ ਰੁਕ ਗਈ, ਤੁਸੀਂ ਕਿੱਥੇ ਜਾਓਗੇ? ਕਿਸ ਸਿੱਖੀ ਨਾਲ ਤੁਸੀਂ ਪਿਆਰ ਸਾਬਤ ਕਰੋਗੇ? ਅੱਜ ਤਾਂ ਤੁਸੀਂ ਗੌਰਵ ਨਾਲ ਆਖਦੇ ਹੋ ਅਸੀਂ ਇਹਨਾਂ ਨਾਲੋਂ ਚੰਗੇ ਸਿੱਖ, ਸਾਡਾ ਵੀ ਸਿੱਖੀ ਨਾਲ ਪਿਆਰ, ਇਹ ਗੱਲ ਆਖਦੇ ਹੋ? ਫਿਰ ਕਿਸ ਸਿੱਖੀ ਦੀ ਗੱਲ ਕਰਨਾ ਚਾਹੁੰਦੇ ਹੋ? ਜੇ ਆਪਣਾ ਫਰਜ਼ ਅਸੀਂ ਲੋੜ ਵੇਲੇ ਨਾ ਪਛਾਣੀਏ, ਜੇ ਆਪਣੀ ਡਿਊਟੀ ਲਈ ਅਸੀਂ ਲੋੜ ਵੇਲੇ ਨਾ ਜਾਗੀਏ, ਤੇ ਫਿਰ ਉਹ ਅਚੇਤ ਵਾਲੀ ਗੱਲ ਹੋਏਗੀ ਕਿ ਸਾਡੇ ਸਾਹਮਣੇ ਕੁਝ ਹੋ ਗਿਆ ਸਾਨੂੰ ਪਤਾ ਨਹੀਂ ਲੱਗਾ। ਅੱਜ ਸਾਡੀ ਜ਼ਿੰਦਗੀ ਹੈ, ਤੁਹਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੈ, ਉਹ ਦਿਨ ਦੂਰ ਕੇਵਲ 1-2-4 ਮਹੀਨੇ ਦਾ ਵਖਵਾ ਬਾਕੀ ਹੈ, ਉਸ ਤੋਂ ਬਾਅਦ ਸਾਡੇ ਕੋਲ 1 ਵਾਰ ਸਾਰੀ ਵੋਟ ਸਹਿਜਧਾਰੀ ਨਾਮ ਥੱਲੇ ਪੁਗਤ ਗਈ ਤੇ ਹਮੇਸ਼ਾ ਲਈ ਨਿਯਮ ਬਣ ਗਿਆ। ਅੱਜ ਸਾਡਾ ਦੁਖਾਂਤ ਇਹ ਹੈ ਕਿ ਸਾਡੀਆਂ ਕੁਝ ਸੁਸਾਇਟੀਆਂ, ਕੁਝ ਗੁਰਦੁਆਰੇ ਪ੍ਰਬੰਧ ਕੇਵਲ ਆਵਾਜ਼ ਇਸ ਲਈ ਨਹੀਂ ਉਠਾ ਰਹੇ। ਮੈਂ ਪਿਛਲੀ ਵਾਰ ਆਇਆ ਸਾਂ ਤੇ ਅਰਜ਼ ਕੀਤੀ ਸੀ ਹਰ ਗੁਰਦੁਆਰੇ ਸਥਾਨ ਤੋਂ ਮਤੇ ਕਰ ਕਰ ਭੇਜੋ, ਸ਼੍ਰੋਮਣੀ ਕਮੇਟੀ ਨੂੰ ਵੀ, ਪੰਜਾਬ ਸਰਕਾਰ ਨੂੰ ਵੀ, ਹਿੰਦੁਸਤਾਨ ਸਰਕਾਰ, ਈਵਨ ਇੱਥੋਂ ਤੱਕ UNO ਤੱਕ ਭੇਜੋ ਕਿ ਸਿੱਖ ਜਿਹੜਾ ਉਹਦਾ ਸਰੂਪ ਆ ਹੈ ਤੇ ਗੁਰਦੁਆਰਾ ਪ੍ਰਬੰਧ ਵਿੱਚ ਕੇਵਲ ਸਿੱਖ ਹੀ ਵੋਟਰ ਹੋ ਸਕਦਾ। ਪਰ ਕੁਝ ਗੁਰਦੁਆਰਾ ਕਮੇਟੀਆਂ ਕੇਵਲ ਇਸ ਲਈ ਝਿਜਕ ਰਹੀਆਂ ਨੇ, ਉਹ ਕਹਿੰਦੀਆਂ ਨੇ ਸਾਡੇ ਆਪਣੇ ਅਸਥਾਨਾਂ 'ਤੇ ਝਗੜਾ ਪੈਦਾ ਹੋ ਜਾਏਗਾ।
ਸਾਡੇ ਆਪਣੇ ਵੀਰ ਹੀ ਪ੍ਰੈਸ਼ਰ ਪਾਉਣਗੇ ਕਿ ਇਹੋ ਜਿਹਾ ਮਤਾ ਅਸੀਂ ਨਹੀਂ ਪਾਸ ਕਰਨ ਦਿੰਦੇ। ਪਰ ਭੈਣੇ ਹੋ, ਮੈਂ ਤੁਹਾਡੇ ਨਾਲ ਇਸ ਲਈ ਗੱਲ ਸਾਂਝੀ ਕਰਨਾ ਚਾਹੁੰਦਾ, ਕੀ ਤੁਸੀਂ ਚਾਹੁੰਦੇ ਹੋ ਕਿ ਸਿੱਖ ਸਰੂਪ ਖਤਮ ਹੋ ਜਾਏ? ਤੁਸੀਂ ਚਾਹੁੰਦੇ ਹੋ ਕਿ ਸਿੱਖ ਸਿਧਾਂਤ ਮਿਟ ਜਾਏ? ਤੇ ਜੇ ਅਸੀਂ ਇਹ ਚਾਹੁੰਦੇ ਹਾਂ ਤੇ ਫਿਰ ਸਾਡਾ ਸਿੱਖੀ ਨਾਲ ਪਿਆਰ ਕੀ ਹੋਇਆ? ਤੇ ਜੇ ਨਹੀਂ ਚਾਹੁੰਦੇ ਤਾਂ ਫਿਰ ਸਾਡੇ ਰਾਹੋਂ ਸਾਡੇ ਦਰਵਾਜ਼ਿਓਂ ਲੰਘ ਕੇ ਕੋਈ ਚੋਰ ਸਾਡੇ ਵਿਹੜੇ ਕਿਉਂ ਵੜੇ, ਜਿਹੜਾ ਸਾਡਾ ਸਭ ਕੁਛ ਲੁੱਟ ਕੇ ਲੈ ਜਾਏ? ਇਹ ਫੈਸਲਾ ਤੁਸੀਂ ਮਨ ਵਿੱਚ ਕਰਨਾ ਹੋਏਗਾ। ਜਾਂ ਤਾਂ ਇੰਨਾ ਤਹੱਈਆ ਕਰੋ ਕਿ ਇਸ ਬਚਾਓ ਦਾ ਪੱਖ ਇੱਕੋ ਹੈ ਕਿ ਜਿੰਨੇ ਬੈਠੇ ਹੋ ਕੇਸਾਧਾਰੀ ਹੋ ਜਾਓ ਤੇ ਆਖੋ ਕੇਸਾਧਾਰੀ ਬਿਨਾਂ ਵੋਟਰ ਨਹੀਂ ਹੋ ਸਕਦਾ। ਆਪਣਾ ਵਿਰਸਾ ਆਪ ਸੰਭਾਲੋ, ਚੀਜ਼ ਤੁਹਾਡੀ ਹੈ। ਮੈਂ ਤਾਂ ਕੇਵਲ ਪਹਿਰੇਦਾਰ ਵਾਂਗੂ ਆਵਾਜ਼ ਹੀ ਦੇਈ ਜਾਂਦਾ, ਘਰ ਵੀ ਤੁਹਾਡਾ ਹੈ, ਸਿੱਖੀ ਵੀ ਤੁਹਾਡੀ ਹੈ, ਪਾਲਿਆ ਵੀ ਤੁਸੀਂ ਇਹਨੂੰ, ਸੰਭਾਲ ਵੀ ਤੁਸੀਂ ਰਹੇ ਹੋ, ਥਾਂ ਥਾਂ ਗੁਰਦੁਆਰੇ ਬਣਾ ਕੇ ਸਿੱਖੀ ਦੀਆਂ ਗੱਲਾਂ ਅਤੇ ਸਿੱਖੀ ਦੇ ਬੋਲ ਬਾਲੇ ਲਈ ਉਤਸ਼ਾਹ ਵੀ ਰੱਖਦੇ ਹੋ, ਦੌੜ ਕੇ ਕੰਮ ਕਾਰ ਤੋਂ ਛੱਡ ਕੇ ਗੁਰਦੁਆਰੇ ਆਉਂਦੇ ਵੀ ਹੋ, ਭੇਟਾ ਵੀ ਰੱਖਦੇ ਹੋ, ਇੰਨਾ ਸਭ ਕੁਝ ਹੋ ਕੇ ਇੰਨਾ ਮਨ ਅੰਦਰ ਖਿਆਲ ਸਾਬਤ ਕਰਕੇ ਦੁਨੀਆ ਅੰਦਰ ਕਿ ਅਸੀਂ ਮਹਾਨ ਸਿੱਖੀ ਨਾਲ ਪਿਆਰ ਕਰਨ ਵਾਲੇ ਅਤੇ ਆਪਣਾ ਆਪ ਵਾਰਨ ਵਾਲੇ ਹਾਂ, ਇੱਕ ਪੱਖ ਨਹੀਂ ਅਸੀਂ ਸੋਚ ਰਹੇ ਕਿ ਜੇ ਇਸ ਮੋੜ 'ਤੇ ਆ ਕੇ ਵੀ ਅਸੀਂ ਚੇਤਨਾ ਵਿੱਚ ਨਾ ਆਏ ਸਭ ਕੁਝ ਗੁਆ ਬੈਠਾਂਗੇ। ਸੋ ਵੀਰੋ, ਇਸ ਵੇਲੇ ਸਾਡੇ ਕੋਲ ਦੋ ਹੀ ਰਾਹ ਨੇ। ਸਭ ਤੋਂ ਸ੍ਰੇਸ਼ਟ ਅਤੇ ਚੰਗਾ ਰਾਹ ਇਹ ਹੈ ਕਿ ਅਸੀਂ ਸਾਰੇ ਕੇਸਾਧਾਰੀ ਹੋ ਜਾਈਏ ਅਤੇ ਦ੍ਰਿੜਤਾ ਨਾਲ ਸੰਸਾਰ ਨੂੰ ਦੱਸ ਸਕੀਏ ਕਿ ਸਿੱਖ ਦਾ ਸਰੂਪ ਆ ਹੈ। ਇਸ ਤੋਂ ਬਿਨਾਂ ਕੋਈ ਵੋਟਰ ਨਹੀਂ ਹੋ ਸਕਦਾ। ਅਤੇ ਸਿੱਖ ਦਾ ਗੁਰਦੁਆਰਾ 'ਚ ਪ੍ਰਬੰਧ ਜਿਹੜਾ ਹੈ ਉਹ ਸਿੱਖ ਦੇ ਹਵਾਲੇ ਹੀ ਹੋਵੇ। ਇੱਕ ਦੂਜੇ 'ਤੇ ਉਲਾਂਭੇ ਵੀ, ਮੈਂ ਇਹ ਸਮਝਣਾ ਕਿ ਅੰਮ੍ਰਿਤਧਾਰੀ ਵੀਰ ਵੀ ਅਨੇਕਾਂ ਐਸੇ ਨੇ ਜਿਨ੍ਹਾਂ 'ਚ ਬੜੀਆਂ ਕਮਜ਼ੋਰੀਆਂ ਨੇ, ਪਰ ਜਿਹੜੇ ਨਾਨਕੇਸਾਧਾਰੀ ਨੇ ਕਈ ਵਾਰ ਉਹਨਾਂ ਦੀ ਐਗਜ਼ਾਮਪਲ ਵੀ ਦਿੰਦੇ ਨੇ, ਉਹ ਜੀ ਸਾਡੇ ਨਾਲੋਂ ਚੰਗੇ ਨੇ। ਪਰ ਮੈਂ ਕਈ ਵਾਰ ਇੱਕ ਜਵਾਬ ਦਿੰਦਾ ਹੁਣ, ਭਰੇ ਹੋ ਅਸੀਂ ਕੋਈ ਉਹਨਾਂ ਦੇ ਸਿੱਖ ਹਾਂ? ਅਸੀਂ ਦੇਖ ਲਈਏ ਤਾਂ ਸਿੱਖ ਬਣੀ ਜਾਂਦੇ। ਜਦੋਂ ਅਸੀਂ ਸਿੱਖੀ ਦੀ ਐਗਜ਼ਾਮਪਲ ਦੇਣੀ ਹੁੰਦੀ ਹੈ ਉਦੋਂ ਆਖੀ ਦਾ ਫਲਾਣੀ ਦੀ ਕਮਜ਼ੋਰੀ ਲੱਭ ਲਓ, ਅਸੀਂ ਆਖਾਂਗੇ ਉਹਦੇ ਕੋਲੋਂ ਕਮਜ਼ੋਰੀ ਹੈ, ਸਾਡੇ ਕੋਲ ਹੋ ਗਈ ਫਿਰ ਕੀ ਹੋ ਗਿਆ? ਇਹਦਾ ਮਤਲਬ ਅਸੀਂ ਉਹਦੇ ਸਿੱਖ ਹਾਂ, ਜੋ ਉਹ ਸਿਖਾ ਰਿਹਾ ਅਸੀਂ ਉਹ ਸਿੱਖ ਰਹੇ ਹਾਂ। ਤੁਸੀਂ ਇਹ ਦੇਖੋ ਵੀ ਸਾਡੇ ਗੁਰੂ ਕੋਲ ਕੀ ਕਮਜ਼ੋਰੀ ਸੀ, ਅਸੀਂ ਸਿੱਖ ਹੁੰਦੇ ਹਾਂ। ਜੇ ਉਹਦੇ ਜੀਵਨ ਵਿੱਚ ਕੋਈ ਕਮਜ਼ੋਰੀ ਨਹੀਂ, ਅਸੀਂ ਸਿੱਖਿਆ ਉਹਦੇ ਕੋਲ ਲੈਣੀ। ਵਾਰ ਵਾਰ ਗੁਰੂ ਸਾਨੂੰ ਆਖ ਰਿਹਾ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ। ਕਿਸੇ ਦੁਨੀਆ ਦੇ ਮਨੁੱਖ ਅੰਮ੍ਰਿਤਧਾਰੀ ਅਖਵਾਣ ਵਿੱਚ ਵੀ ਤੁਹਾਨੂੰ ਕੋਈ ਕਮਜ਼ੋਰੀ ਦਿਸਦੀ ਹੈ ਤੇ ਉਹ ਕਮਜ਼ੋਰੀ ਆਪਣੀ ਦੂਰ ਕਰ ਲਓ, ਉਹਦੇ ਸਿੱਖ ਨਾ ਬਣੋ, ਸਿੱਖ ਬਣੋ ਗੁਰੂ ਦੇ, ਅਗਵਾਈ ਲਓ ਗੁਰੂ ਕੋਲੋਂ, ਪ੍ਰੇਰਨਾ ਲਓ ਗੁਰੂ ਕੋਲੋਂ। ਪਰ ਫੈਸਲਾ ਕਰੋ ਕਿ ਅਸੀਂ ਸਿੱਖੀ ਦੇ ਭਵਿੱਖ ਦੀ ਸੰਭਾਲ ਲਈ ਸਿੱਖੀ ਸਰੂਪ ਵਿੱਚ ਆਈਏ, ਤਾਂ ਕਿ ਮਜ਼ਬੂਤ ਹੋ ਕੇ ਅਸੀਂ ਦੁਨੀਆ ਦੇ ਸਾਹਮਣੇ ਅੱਜ ਦੇ ਇਸ ਸਮੇਂ ਅੰਦਰ ਜਿਹੜਾ ਜ਼ਰੂਰੀ ਹੈ ਅਸੀਂ ਕਹਿ ਸਕੀਏ ਕਿ ਸਿੱਖ ਦਾ ਸਰੂਪ ਆ ਹੈ। ਇਸ ਸਰੂਪ ਬਿਨਾਂ ਕੋਈ ਵੋਟਰ ਨਹੀਂ ਹੋ ਸਕਦਾ। ਜੇ ਇਹ ਗੱਲ ਤੁਸੀਂ ਨਹੀਂ ਆਖਦੇ ਤਾਂ ਫਿਰ ਉਹ ਭਈਆ ਭਾਵੇਂ ਯੂਪੀ ਦਾ ਰਹਿਣ ਵਾਲਾ, ਭਾਵੇਂ ਬਿਹਾਰ ਦਾ ਰਹਿਣ ਵਾਲਾ, ਭਾਵੇਂ ਰਾਜਸਥਾਨ ਦਾ ਰਹਿਣ ਵਾਲਾ, ਉਹਨੂੰ ਤੁਸੀਂ ਬਿਲਕੁਲ ਨਹੀਂ ਰੋਕ ਸਕਦੇ। ਜਿੰਨੀ ਗੱਲ ਤੁਸੀਂ ਕਹਿੰਦੇ ਹੋ ਨਾ, ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣੇ ਹਾਂ, ਉਹ ਵੀ ਲਿਖ ਕੇ ਦੇ ਦਿੰਦੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਅਸੀਂ ਗੁਰਦੁਆਰੇ ਜਾਂਦੇ ਹਾਂ ਜੀ, ਅਤੇ ਫਿਰ ਜੋ ਹਾਸਲ ਹੋਏਗਾ ਉਹ ਤੁਹਾਡੇ ਸਾਹਮਣੇ ਹੋਏਗਾ। ਉਹਦੇ ਜ਼ਿੰਮੇਵਾਰ ਅਸੀਂ ਤੁਸੀਂ ਹੋਵਾਂਗੇ। ਜਦੋਂ ਸਭ ਕੁਛ ਗਵਾ ਕੇ ਝੁਰਾਂਗੇ ਕੇਵਲ ਅਸੀਂ ਤੁਸੀਂ ਹੋਵਾਂਗੇ। ਅਤੇ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਹੈ। ਸਤਿਗੁਰੂ ਕਹਿੰਦੇ ਨੇ, ਭਲੇ ਆ, ਮੈਂ ਤੇਰੇ ਦੋ ਰੂਪ ਦੇਖ ਰਿਹਾ। ਜਾਂ ਤੂੰ ਇਹ ਆਣਾ ਛੋਟੀਆਂ ਛੋਟੀਆਂ ਗੱਲਾਂ 'ਤੇ ਵਿਕ ਰਿਹਾ, ਸਾਡੇ ਲੀਡਰ ਦੀ ਹਾਲਤ ਇਹ ਹੈ, ਇਹ ਆਉਣੇ ਵਾਲੀ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਵਿਕਿਆ ਹੋਇਆ ਆਪਣਾ ਆਪ ਭੇਟ ਕਰੀ ਜਾਂਦਾ ਹੈ। ਲੇਕਿਨ ਸਾਡੀ ਆਪਣੇ ਜੀਵਨ ਦੀ ਹਾਲਤ ਇਹ ਹੈ ਅਚੇਤ ਵਾਲੀ, ਜਿਹਦੇ ਸਾਹਮਣੇ ਸਭ ਕੁਛ ਲੀਡਰ ਵੀ ਕਰੀ ਜਾਂਦਾ, ਵਿਰੋਧੀ ਵੀ ਕਰੀ ਜਾਂਦਾ। ਕੌਮ ਦਾ ਹਰ ਮੋੜ ਇੰਨਾ ਖਤਰਨਾਕ ਮੋੜ ਬਣਿਆ ਜਾ ਰਿਹਾ ਕਿ ਸਾਨੂੰ ਆਪਣਾ ਭਵਿੱਖ ਧੁੰਦਲਾ ਦਿਸਦਾ, ਪਰ ਅਸੀਂ ਅਚੇਤ ਹੋ ਕੇ ਬਿਨਾਂ ਹੋਸ਼ ਤੋਂ, ਬਿਨਾਂ ਸੈਂਸ ਤੋਂ, ਬਿਨਾਂ ਚੇਤਨਾ ਤੋਂ ਇਉਂ ਟਾਈਮ ਲੰਘਾਈ ਜਾਂਦੇ ਹਾਂ, ਚਲੋ ਵੇਖੀ ਜਾਏਗੀ, ਅਤੇ ਜਦੋਂ ਹੱਥੋਂ ਲੰਘ ਗਿਆ ਸਮਾਂ ਫਿਰ ਵਾਪਸ ਨਹੀਂ ਜੇ ਪਰਤਦਾ। ਇਹ ਕੇਵਲ ਕੁਛ ਮਹੀਨਿਆਂ ਦੀ ਚੇਤਨਾ ਦੀ ਲੋੜ ਹੈ ਜੇ ਫੈਸਲਾ ਕਰਕੇ ਅਸੀਂ ਦੁਨੀਆ ਦੇ ਸਾਹਮਣੇ ਰੱਖ ਸਕੀਏ ਕਿ ਕੋਈ ਗੈਰ ਕੇਸਾਧਾਰੀ ਸਹਿਜਧਾਰੀ ਅਖਵਾਉਣ ਵਾਲਾ ਗੁਰਦੁਆਰਾ ਪ੍ਰਬੰਧ ਦਾ ਵੋਟਰ ਨਹੀਂ ਹੋ ਸਕਦਾ, ਤਾਂ ਬਚਾ ਸਕੋ।
ਨਹੀਂ ਤੇ ਗੱਲ ਤੁਹਾਡੀ ਮੈਂ ਇਸ ਲਈ ਅਰਜ਼ ਕੀਤੀ, ਤੁਹਾਨੂੰ ਤਾਂ ਉਹਨਾਂ ਐਗਜ਼ਾਮਪਲ ਬਣਾਇਆ ਹੋਇਆ, ਇਹ ਸਾਰਾ ਗੁਨਾਹ ਅਤੇ ਇਹ ਸਾਰੀ ਕਮਜ਼ੋਰੀ ਘਰ ਦਾ ਜੋ ਲੁੱਟ ਪੈਣੀ ਉਹ ਪਾਉਣੀ ਪਈਆਂ ਨੇ। ਅੱਗੇ ਉਹਨਾਂ ਨੇ ਤੁਹਾਡੇ ਸਮਾਜ ਦਾ ਕਲਚਰ ਲੁੱਟਿਆ, ਹੁਣ ਤੁਹਾਡੇ ਸਮਾਜ ਦਾ ਧਰਮ ਲੁੱਟਿਆ ਜਾ ਰਿਹਾ, ਚੇਤਨਾ ਅਤੇ ਸਿਧਾਂਤ ਲੁੱਟਿਆ ਜਾ ਰਿਹਾ। ਜੇ ਤੁਸੀਂ ਸਭ ਕੁਛ ਬਚਾਉਣਾ ਚਾਹੁੰਦੇ ਹੋ ਤਾਂ ਗੁਰੂ ਦੇ ਆਹ ਪੈਗਾਮ ਇੱਕ ਮੈਸੇਜ ਹੈ ਜਿਹੜਾ ਸੁਣਨਾ ਹੈ। ਗੁਰੂ ਕਹਿੰਦੇ ਨੇ ਸਮਝ ਅਚੇਤ ਅਨਿਆਰਾ ਤੂੰ ਸਮਝ ਅਚੇਤ ਅਨਿਆਰਾ ਇਹ ਮਨ ਮੇਰਿਆ ਛੱਡ ਛੱਡ ਅਵਗੁਣ ਗੁਣੀ ਸਮਾਨਿਆ ਰਾਮ ਇਹ ਮਨ ਮੇਰਿਆ ਇਹ ਮਨ ਮੇਰਿਆ ਤੂੰ ਸਮਝ ਅਚੇਤ ਆਨਿਆ ਰਾਮ ਮਨ ਜਾਗ ਕੇ ਸੁਚੇਤ ਹੋ ਕੇ ਫੈਸਲੇ ਕਰਨ ਦੀ ਲੋੜ ਹੈ। ਤੁਸੀਂ ਦੇਖ ਲਓ ਇਸੇ ਲਈ ਹੀ ਦਿਨ ਰਾਤ ਕਰਕੇ ਵੋਟਾਂ ਬਣਾਈਆਂ ਜਾ ਰਹੀਆਂ ਨੇ। ਇਹਨੂੰ ਇੱਕ ਸਧਾਰਨ ਸਾਜਿਸ਼ ਨਾ ਸਮਝਿਓ, ਇਹ ਮੋੜ ਸਾਡੇ ਲਈ ਇੱਕ ਐਸਾ ਪੜਾਅ ਐਸੀ ਮੰਜ਼ਿਲ ਹੈ ਜਿੱਥੇ ਜਾ ਕੇ ਅਸੀਂ ਇੱਕ ਦੂਜੇ ਨੂੰ ਵੀ ਨਹੀਂ ਪਛਾਣ ਸਕਾਂਗੇ। ਬਹੁਤ ਸੁਚੇਤ ਹੋ ਕੇ ਰਹਿਣ ਦੀ ਲੋੜ ਹੈ। ਦਿਨ ਰਾਤ ਹੋ ਰਿਹਾ ਹੈ, ਕੋਈ ਵੀ ਇਹਦੇ ਵਿੱਚ ਮੈਂ ਤਾਂ ਹੈਰਾਨ ਹੁੰਦਾ, ਕਦੇ ਤੁਸੀਂ ਇਸ ਗੱਲ ਨੂੰ ਵਿਚਾਰਿਆ ਕਿ ਕਿਸੇ ਮੁਸਲਮਾਨ ਨੇ ਉਹਦੇ ਮੁਸਲਮਾਨ ਹੋਣ ਦਾ ਫੈਸਲਾ ਲੈਣਾ ਹੋਵੇ ਤਾਂ ਕਿਸੇ ਸਰਕਾਰ ਕੋਲੋਂ ਲੈਂਦਾ? ਕਦੇ ਕਿਸੇ ਸਰਕਾਰ ਨੇ ਇਸਲਾਮ ਅਰਬਾਂ ਦੀ ਜਾਂ ਕਿਸੇ ਸਰਕਾਰ ਨੇ ਫੈਸਲਾ ਕੀਤਾ ਕਿ ਫਲਾਣਾ ਮੁਸਲਮਾਨ ਫਲਾਣਾ ਨਹੀਂ? ਕਾਜ਼ੀ ਕਰਦੇ ਨੇ, ਉਹਨਾਂ ਦੇ ਜਿਹੜੇ ਵਿਦਵਾਨ ਨੇ ਉਹ ਕਰਦੇ ਨੇ। ਭਲਾ ਕੋਈ ਈਸਾਈ ਹੈ ਤਾਂ ਈਸਾਈਅਤ ਕਿਹੋ ਜਿਹੀ ਹੋਣੀ ਚਾਹੀਦੀ, ਇਹ ਫੈਸਲਾ ਕਦੀ ਤੁਸੀਂ ਦੇਖਿਆ? ਮਹਾਰਾਣੀ ਐਲਿਜ਼ਾਬੈਥ ਨੇ ਕੀਤਾ ਹੋਵੇ ਜਾਂ ਸੰਸਾਰ ਦੇ ਕਿਸੇ ਈਸਾਈ ਸਰਕਾਰ ਨੇ ਕੀਤਾ ਹੋਵੇ? ਉਹ ਚਰਚ ਤੋਂ ਹੁੰਦਾ, ਪੋਪ ਕਰੇਗਾ? ਈਸਾਈਅਤ ਕਿਹੋ ਜਿਹੀ ਹੋਣੀ ਚਾਹੀਦੀ? ਪਾਦਰੀ ਕਰਨਗੇ, ਈਸਾਈਅਤ ਕਿਹੋ ਜਿਹੀ ਹੋਣੀ ਚਾਹੀਦੀ? ਈਵਨ ਇਹਨਾਂ ਕੋਲ ਪੁੱਛੋ ਕਿ ਹਿੰਦੂ ਕਿਹੋ ਜਿਹਾ ਹੋਣਾ ਚਾਹੀਦਾ, ਇਹ ਫੈਸਲਾ ਕਦੀ ਹਿੰਦੁਸਤਾਨ ਸਰਕਾਰ ਨੇ ਕੀਤਾ? ਕੋਈ ਮੱਠ ਕਰੇਗਾ, ਕੋਈ ਆਚਾਰੀਆ ਕਰੇਗਾ? ਪਰ ਸਾਡੀ ਬਦਕਿਸਮਤੀ, ਸਾਡੇ ਆਚਾਰੀ ਇਸ ਪਿਛਲੇ ਦਿਨਾਂ 'ਚ ਮੈਂ ਪੜ੍ਹ ਕੇ ਹੈਰਾਨ ਹੋਇਆ ਕਿ ਸਿੰਘ ਸਾਹਿਬ ਨੇ, ਜਥੇਦਾਰ ਅਕਾਲ ਤਖਤ ਨੇ ਇੱਕ ਚਿੱਠੀ ਲਿਖੀ ਵਕਤ ਦੀ ਸਰਕਾਰ ਦੇ ਪ੍ਰਾਈਮ ਮਿਨਿਸਟਰ ਨੂੰ ਕਿ ਛੇਤੀ ਫੈਸਲਾ ਕਰੋ ਸਿੱਖ ਕਿਹੋ ਜਿਹਾ ਵੋਟਰ ਸਿੱਖ ਹੋਣਾ ਚਾਹੀਦਾ। ਕਿਉਂ ਭਾਈ, ਸਿੱਖ ਹੋਣ ਦਾ ਫੈਸਲਾ ਅਸੀਂ ਸਰਕਾਰ ਕੋਲ ਲੈ ਰਹੇ ਹਾਂ ਕਿ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ? ਹਿੰਦੂ ਹੋਣ ਦਾ ਫੈਸਲਾ ਸਰਕਾਰ ਕੋਲੋਂ ਲੈਣ ਦੀ ਲੋੜ ਨਹੀਂ, ਈਸਾਈਅਤ ਦਾ ਫੈਸਲਾ ਸਰਕਾਰ ਕੋਲੋਂ ਲੈਣ ਦੀ ਲੋੜ ਨਹੀਂ, ਲੇਕਿਨ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਅਤੇ ਕਿਹੋ ਜਿਹਾ ਸਿੱਖ ਵੋਟਰ ਹੋਵੇ, ਇਹ ਫੈਸਲਾ ਜਿਹੜਾ ਸਰਕਾਰ ਕਰੇ। ਜੇ ਸਾਡੇ ਸਿੱਖ ਰਹਿਤ ਮਰਿਆਦਾ ਹੋਵੇ, ਜੇ ਸਾਡਾ ਗੁਰਦੁਆਰਾ ਐਕਟ ਹੋਵੇ ਅਤੇ ਉਹ ਐਕਟ ਵੀ ਜਿਹੜਾ ਹੈ ਉਹ ਸਰਕਾਰ ਪਾਸ ਕਰੇ, ਉਹਦੇ 'ਚ ਡੈਫੀਨੇਸ਼ਨ ਹੋਵੇ ਸਿੱਖ ਕਿਹੋ ਜਿਹਾ ਹੁੰਦਾ ਹੈ, ਇਸੇ ਦਾ ਨਾਂ ਗੁਲਾਮੀ ਹੈ, ਇਸੇ ਦਾ ਨਾਂ ਜੇਲ੍ਹ ਹੈ।
ਗੁਰੂ ਬਖਸ਼ਿਸ਼ ਕਰੇ ਇਹ ਚੇਤਨਾ ਤੋਂ ਵਿਹੂਣੇ ਹੋ ਕੇ ਅਸੀਂ ਇਸ ਜੇਲ੍ਹ ਵਿੱਚ ਆਪੇ ਫਸੇ ਹਾਂ, ਕਿਉਂਕਿ ਇਹ ਸਭ ਤੋਂ ਵੱਡੀ ਜੇਲ੍ਹ ਹੈ। ਇਹਦਾ ਕਾਰਨ ਕੇਵਲ ਇਹ ਹੈ ਕਿ ਅਸੀਂ ਅਚੇਤ ਹਾਂ। ਮੈਂ ਕਈ ਵਾਰ ਅਰਜ਼ ਕਰਦਾ ਹੁੰਦਾ ਪੰਛੀ ਨੂੰ ਲਗਾਤਾਰ ਕੁਝ ਸਮੇਂ ਪਿੰਜਰੇ ਵਿੱਚ ਰੱਖੋ ਨਾ, ਪੰਛੀ ਨੂੰ ਆਪਣੇ ਖੰਭ ਵੀ ਭੁੱਲ ਜਾਂਦੇ ਨੇ। ਉਹਨੂੰ ਬਾਹਰ ਕੱਢੋ, ਉਹ ਮੁੜ ਭੱਜ ਕੇ ਪਿੰਜਰੇ ਵੱਲ ਨੂੰ ਆਉਂਦਾ। ਬਾਹਰ ਕੱਢੋ, ਮੁੜ ਕੇ ਪਿੰਜਰੇ ਵੱਲ ਨੂੰ ਆਉਂਦਾ, ਕਿਉਂਕਿ ਉਹਨੂੰ ਡਰ ਪੈਦਾ ਹੋ ਜਾਂਦਾ ਮੈਂ ਉਹਨੇ 'ਤੇ ਸਕਦਾ ਨਹੀਂ। ਸਾਡੀ ਹਾਲਤ ਉਹ ਹੋਈ, ਅਸੀਂ ਅਹਿਸਾਸ ਹੀ ਭੁੱਲ ਗਏ ਕਿ ਜੇਲ੍ਹ ਕੀ ਹੁੰਦੀ ਹੈ। ਅਸੀਂ ਇਹ ਸਾਰੇ ਜੇਲ੍ਹ ਦੇ ਜਿਹੜੇ ਕੈਦ ਦੇ ਸਿਸਟਮ ਨੇ ਆਪਣੀ ਗੱਲ ਆਪੇ ਹੀ ਪਾਈ ਜਾਂਦੇ ਹਾਂ। ਆਹ ਇੱਕ ਹੋਰ ਮੋੜ ਹੈ ਜਿੱਥੇ ਆ ਕੇ ਸਾਡੇ ਹੱਥ ਪੱਲੇ ਕੁਛ ਨਹੀਂ ਰਹਿਣਾ, ਜੇ ਅਸੀਂ ਅਚੇਤ ਬਣ ਕੇ ਉਸ ਚੇਤਨਾ ਖੋਏ ਹੋਏ ਪੰਛੀ ਵਾਂਗੂ ਆਹ ਮੋੜ ਵੀ ਲੰਘ ਗਏ। ਸੋ ਵੀਰੋ, ਜਿਹਨੂੰ ਜਿਹਨੂੰ ਸਿੱਖੀ ਨਾਲ ਪਿਆਰ ਹੈ ਉਹ ਬੜਾ ਡੀਪਲੀ, ਬੜਾ ਮਨ ਦੀਆਂ ਗਹਿਰਾਈਆਂ ਵਿੱਚੋਂ ਇਸ ਵਿਸ਼ੇ ਨੂੰ ਸੋਚ ਕੇ ਆਪਣੇ ਜੀਵਨ ਦਾ ਫੈਸਲਾ ਕਰੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।